ਸ਼ਮਾਦਾਨ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਦਲਬੀਰ ਬਰਾੜ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅਤੇ ਦੋਸਤੋ ਅੱਜ ਦਿਨ ਹੈ ਜੀ ਵੀਰਵਾਰ ਅਤੇ ਮਈ ਮਹੀਨੇ ਦੀ 5 ਤਰੀਕ ਹੈ ਜੀ। ਅਤੇ ਦੋਸਤੋ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਦਾ ਅਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਤੁਸੀਂ ਜਾਣਦੇ ਹੋ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ। ਅਤੇ ਇਸ ਤੋਂ ਪਹਿਲਾਂ ਕਿ ਖਬਰਾਂ 'ਤੇ ਵਿਚਾਰ ਚਰਚਾ ਕਰਨ ਲਈ ਪੱਟੀ ਸਾਹਿਬ ਨਾਲ ਜੁੜੀਏ, ਇੱਕ ਜ਼ਰੂਰੀ ਸੂਚਨਾ। ਏਸੀ ਜੂਲਰ ਵੱਲੋਂ ਮਦਰ ਡੇ ਮੌਕੇ ਵੱਡਾ ਐਲਾਨ, ਹੀਰੇ ਦੇ ਗਹਿਣਿਆਂ 'ਤੇ 50% ਦੀ ਛੋਟ, ਸੋਨੇ ਦੇ ਗਹਿਣਿਆਂ ਦੇ ਨਾਲ ਸਪੈਸ਼ਲ ਗਿਫਟ। ਜਲਦੀ ਕਾਲ ਕਰੋ, ਕਾਲ ਕਰਨ ਲਈ ਫੋਨ ਨੰਬਰ ਨੋਟ ਕਰ ਲਓ ਜੀ, 2536562666 ਫੋਨ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੀ। ਏਸੀ ਜੁਐਲਰਸ 2536562666। ਅਤੇ ਦੋਸਤੋ ਬਿਲਕੁਲ ਏਸੀ ਜੁਐਲਰ ਮਦਰ ਡੇ 'ਤੇ ਵੱਡਾ ਐਲਾਨ ਉਹਨਾਂ ਕੀਤਾ, ਹੀਰੇ ਦੇ ਗਹਿਣਿਆਂ 'ਤੇ 50% ਦੀ ਛੋਟ ਅਤੇ ਸੋਨੇ ਦੇ ਗਹਿਣਿਆਂ ਦੇ ਨਾਲ ਸਪੈਸ਼ਲ ਗਿਫਟ। ਜਲਦੀ ਕਾਲ ਕਰੋ। ਸੂਚਨਾ ਸਮਾਪਤ ਹੋਈ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਪੱਟੀ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਿਆਸਤ ਦੇ ਬਾਬਾ ਬੋਰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਵਿਸ਼ੇਸ਼ ਤੌਰ 'ਤੇ ਪੁੱਜਦੇ ਆ, ਅਤੇ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਉਹ ਵੀ ਵੱਡੀ ਗਿਣਤੀ ਵਿੱਚ ਸੰਤ ਸਮਾਜ ਦੇ ਲੋਕ ਵੀ ਪਹੁੰਚੇ ਆ। ਕੀ ਹੈ ਜੀ ਹੋਰ ਤੁਹਾਡੇ ਕੋਲ ਜਾਣਕਾਰੀ? ਦੇਖੋ, ਵੱਡੀ ਗਿਣਤੀ 'ਚ ਲੋਕ ਆਪਣੇ ਇੱਕ ਬਾਬਾ ਬੋਹੜ ਸਿਆਸਤ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੀ ਸੀ ਸ਼ਰਧਾਂਜਲੀ ਭੇਟ ਪੁੱਜੇ ਸੀਗੇ ਜੀ। ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਬਾਰੇ ਪਹਿਲਾਂ ਵੀ ਚਰਚਾ ਸੀ ਕਿ ਉਹ ਵੀ ਜ਼ਰੂਰ ਆਉਣਗੇ, ਗਜਿੰਦਰ ਸਿੰਘ ਸ਼ੇਖਾਵਤ ਤਰਨ ਚੁੱਗ ਤੇ ਇੱਕ ਦੋ ਹੋਰ ਮਨਿਸਟਰ ਕੇਂਦਰ ਦੇ ਆਏ ਸੀ ਜੀ। ਲੇਕਿਨ ਉੱਥੇ ਕਰੀਬ ਕਰੀਬ ਜਿੰਨੇ ਸਮਾਗਮ ਸੀਗਾ ਉਹਨੂੰ 16 ਬੰਦੇ ਸੰਬੋਧਨ ਕਰ ਸਕੇ, ਸਰਦਾਰ ਸੁਖਬੀਰ ਸਿੰਘ ਸਮੇਤ ਜੀ। ਉਹਨਾਂ ਦੇ ਵਿੱਚੋਂ ਜਿਹੜੇ ਸਾਡੇ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਸਨ, ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜੇ ਇਹ ਸਰਦਾਰ ਬਾਦਲ ਸੀ, ਇਹ ਭਾਈਚਾਰੇ ਦੇ ਸਰਦਾਰ ਸਨ ਜੀ। ਸਾਡਾ ਭਾਈਚਾਰੇ ਸਰਦਾਰ ਚੱਲਾ ਗਿਆ। ਉਹ ਕਹਿੰਦੇ ਕੜੇ ਵਿਰੋਧ ਦੇ ਬਾਵਜੂਦ ਵੀ ਇਹ ਏਕਤਾ ਦੀ ਡਟੇ ਰਹਿੰਦੇ ਸੀਗੇ, ਤੇ ਇਹਨਾਂ ਦਾ ਪਿਆਰ ਘਾਟਾ ਸਾਨੂੰ ਕਦੀ ਵੀ ਪੂਰਾ ਨਹੀਂ ਹੋ ਸਕਦਾ ਜੀ। ਤੇ ਸਿੱਖਾਂ ਨੇ ਇਹਨਾਂ ਨੂੰ ਆਪਣਾ ਸੇਪਾ ਸਾਹਿਬ ਦੇ ਦੇਸ਼ ਲਈ ਆਜ਼ਾਦੀ ਘਲਾਟੀ ਹੈ ਸਰ, ਜਿਹੜੇ ਸਹੀ ਖੋ ਲਏ ਨੇ। 70 ਸਾਲ ਦਾ ਸਰਜੀਤ ਜੀਵਨ ਵਿੱਚ ਉਹਨਾਂ ਨੇ ਚੱਲਿਆ, ਕੋਈ ਦੁਸ਼ਮਣ ਨਹੀਂ ਪੈਦਾ ਕੀਤਾ ਜੀ। ਇਹ ਵਿਲੱਖਣ ਗੱਲ ਆ ਵੀ ਉਹ ਆਪਣੇ ਠੰਡੇ ਸੁਭਾਅ ਦੇ, ਮਿਲਣਸਾਰ ਸੁਭਾਅ ਦੇ ਕਾਰਨ ਜਿਹੜਾ ਸੀ ਉਹਨਾਂ ਨੇ ਕੋਈ ਵੀ ਆਪਣਾ ਦੁਸ਼ਮਣ ਨਹੀਂ ਪੈਦਾ ਕੀਤਾ। ਤੇ ਉਹ ਅਜਿਹੀ ਸ਼ਖਸੀਅਤ ਸਨ ਜਿਹੜੇ ਹਰ ਵਰਗ ਦੇ ਲੋਕਾਂ ਜਿਹੜੇ ਸੀ, ਧਾਰਮਿਕ ਸਥਾਨ ਜਿਹੜੇ ਆਪਣੇ ਪਿੰਡ ਦੇ ਵਿੱਚ ਸਾਰੇ ਸੀ, ਮੰਦਿਰ ਬਣਾਇਆ ਸੀ, ਗੁਰਦੁਆਰਾ ਬਣਾਇਆ ਸੀ, ਚਰਚ ਬਣਾਈ ਸੀ, ਮਸੀਦ ਬਣਾਈ ਸੀਗੀ, ਸਭ ਦੇ ਸਾਂਝੇ ਸਨ। ਭਾਵੇਂ ਉਹਨਾਂ ਦਾ ਸੰਸਕਾਰ ਜਿਹੜਾ ਮੈਂ ਤੁਹਾਨੂੰ ਦੱਸਾਂ ਜੀ ਬਰਾੜ ਸਾਹਿਬ ਉੱਥੇ ਨਹੀਂ ਕੀਤਾ ਗਿਆ, ਉਹਨਾਂ ਦੀ ਆਪਣੀ ਜ਼ਮੀਨ 'ਚ ਕੀਤਾ ਗਿਆ, ਬਾਗ 'ਚ ਕੀਤਾ ਗਿਆ, ਜਿੱਥੇ ਕਿਹਾ ਯਾਦਗਾਰ ਬਣਾਈ ਜਾਊਗੀ ਜੀ। ਲੇਕਿਨ ਇੱਕ ਵਾਰੀ ਕਿਸੇ ਦੇ ਸੰਸਕਾਰ ਦੇ ਵਿੱਚ ਇਹ ਗਏ ਸੀ ਆਪਣੀ ਪਿੰਡ ਦੀ ਸ਼ਮਸ਼ਾਨ ਘਾਟ ਦੇ ਵਿੱਚ, ਇੰਨਾ ਸੁੰਦਰ ਬਣਿਆ ਸੀ ਤੇ ਇਹ ਐਵੇਂ ਮਜ਼ਾਕ ਜੋ ਕਹਿੰਦੇ ਜੀ ਆਹ ਸ਼ਮਸ਼ਾਨ ਘਾਟ ਵੇਖ ਕੇ ਤੇ ਮਰਨ ਨੂੰ ਜੀ ਕਰ ਲਓ ਜੀ। ਉਹਨਾਂ ਦੇ ਪਿੰਡ ਦੇ ਵਿੱਚ ਬਕਾਇਦਾ ਤੌਰ ਤੇ ਦਰਦ ਘਰ ਵਿੱਚ ਹੀ ਗਏ ਜੀ। ਇੱਕ ਵਾਰੀ ਅੰਮ੍ਰਿਤਸਰ ਚੀਫ ਖਾਲਸਾ ਦੁਆਰ ਨੇ ਇੱਕ ਬਿਰਧ ਘਰ ਬਣਾਇਆ ਸੀ ਤੇ ਉਹਨਾਂ ਨੇ ਉਹਦੀ ਪੂਰੀ ਕਲਾਸ ਲਈ ਕਿ ਬਿਰਧ 5-5 ਮੰਜ਼ਲਾਂ ਚੜ੍ਹ ਸਕਦੇ ਜੀ। ਬਿਰਧਾਂ ਵਾਸਤੇ ਫਲੈਟ ਹੁੰਦਾ ਵਾ, ਸਿੰਗਲ ਮੰਜ਼ਲ ਜੀ, ਕੋਈ ਦੂਸਰੀ ਮੰਜ਼ਲ ਨਹੀਂ ਹੁੰਦੀ। ਉਹਨਾਂ ਵਾਸਤੇ ਪਾਰਕ ਵਿੱਚ ਹੁੰਦਾ, ਤੁਹਾਡੇ ਕੋਲ ਕਿੱਥੇ ਕੀ ਹੈਗਾ, ਤੁਸੀਂ ਕਦੇ ਬਿਰਧ ਘਰ ਬਣਾਇਆ ਤੁਸੀਂ ਜੀ। ਉਹਨਾਂ ਨੇ ਤਾੜਨਾ ਕੀਤੀ ਸੀ ਤੇ ਨਿਹੋਰਾ ਵੀ ਮਾਰਿਆ ਸੀ ਵੀ ਜੇ ਤੁਸੀਂ ਬਿਰਧ ਘਰ ਬਣਾਉਣਾ ਸੀ ਤੇ ਪਹਿਲਾਂ ਆ ਕੇ ਬਕਾਇਦਾ ਤੌਰ ਤੇ ਬਾਦਲ ਪਿੰਡ ਦੇਖ ਕੇ ਬਿਰਧ ਘਰ ਕਿੱਦਾਂ ਹੋਣਾ ਚਾਹੀਦਾ ਜੀ। ਬਿਲਕੁਲ। ਹੁਣ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ, ਇਹਨਾਂ ਨੇ ਕਿਹਾ ਵੀ ਐਮਰਜੈਂਸੀ ਵੇਲੇ ਜਦੋਂ ਪਹਾੜ ਟੁੱਟ ਪਿਆ ਸੀਗਾ ਉਦੋਂ ਵੀ ਸਰਦਾਰ ਬਾਦਲ ਜਿਹੜੇ ਸੀ ਇੱਕ ਵਿਰੋਧ ਦੇ ਵਿੱਚ ਖੜੇ ਹੋਏ, ਐਮਰਜੈਂਸੀ ਦਾ ਜਿਹੜਾ ਗਦਰ ਮਚਿਆ ਸੀ ਦੇ ਖਿਲਾਫ਼ ਖੜੇ ਹੋਏ ਜੀ।
ਉਹ ਕਹਿੰਦੇ ਮੈਂ ਜਦੋਂ ਵੀ ਗਿਆ ਵਾ ਮੈਨੂੰ ਇਹਨਾਂ ਚੰਗੀ ਸਲਾਹ ਦਿੱਤੀ ਆ ਮਾੜੀ ਸਲਾਹ ਦਿੱਤੀ ਤੇ ਮੈਂ ਅਕਸਰ ਇਹਨੂੰ ਜਾਂਦਾ ਰਹਿੰਦਾ ਸੀ ਤੇ ਮੇਰੇ ਜੇ ਸਿਆਸੀ ਗੁਰੂ ਕਰੇ ਤੇ ਕੋਈ ਦੁੱਖ ਨਹੀਂ ਹੋਊਗੀ ਜੀ। ਸਾਰਾ 4-5 ਮਿੰਟ ਦਾ ਭਾਸ਼ਣ ਸੀ ਉਹਨਾਂ ਦਾ ਤੇ ਉਹ ਸਮਾਂ ਥੋੜਾ ਸੀਗਾ ਥੋੜਾ ਸਮਾਂ ਬੈਠੇ ਉਹ ਤੇ ਮੁੜ ਕੇ ਚਲੇ ਗਏ ਸੀ ਉੱਥੋਂ ਉੱਠ ਕੇ ਵਾਪਸ। ਲੇਕਿਨ ਉਹਨਾਂ ਦੇ ਭਾਸ਼ਣ ਨੇ ਇੱਕ ਚੀਜ਼ ਤੇ ਸਾਬਤ ਕਰਤੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਸੀ ਬੀਜੇਪੀ ਦੇ ਵਿੱਚ ਨਹੀਂ ਕੱਲਾ ਬੀਜੇਪੀ ਨਹੀਂ ਸਗੋਂ ਨੇਤਾਵਾਂ ਨਾਲ ਨਿੱਜੀ ਸੰਬੰਧ ਸਨ ਜੀ। ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ ਅੱਜ ਉਹਨਾਂ ਦਾ ਇਹਦੇ ਜਿਹੜੇ ਧੂਮਲ ਸਾਹਿਬ ਰਹੇ ਨੇ ਸਾਡੇ ਮੁੱਖ ਮੰਤਰੀ ਉੱਥੋਂ ਦੇ ਆਪਣੇ ਹਿਮਾਚਲ ਦੇ ਬੀਜੇਪੀ ਦੇ ਜੀ। ਉਹ ਕਹਿੰਦੇ ਬਾਦਲ ਸਾਹਿਬ ਇੰਨੇ ਦਿਲਦਾਰ ਸਨ ਵੀ ਜਦੋਂ ਡੈਮ ਬਣ ਗਿਆ ਨਾ ਇੱਥੇ ਅਗਲੇ ਪਾਸੇ ਰਣਜੀਤ ਠਾਕਰ ਤੇ ਕੁਛ ਪਰਿਵਾਰ ਉੱਜੜ ਗਏ ਸੀਗੇ ਸਾਡੇ ਹਿਮਾਚਲ ਦੇ ਕੋਈ ਪਿੰਡ ਵਿੱਚ ਆ ਕੇ ਉੱਜੜ ਗਏ ਕੁਛ ਉਹਨਾਂ ਲੋਕਾਂ ਨੂੰ ਜਿਹੜੀ ਸੀ ਬਿਲਕੁਲ ਕੋਈ ਅਜੇ ਤੱਕ ਜਿਹੜੀ ਸੀ ਨੌਕਰੀ ਨਹੀਂ ਸੀ ਮਿਲੀ ਔਰ ਰੋਂਦੇ ਫਿਰਦੇ ਸਾਨੂੰ ਕੋਈ ਅਡਜਸਟ ਨਹੀਂ ਕੀਤਾ ਗਿਆ ਤੇ ਕਹਿੰਦੇ ਮੈਂ ਚੱਬੇ ਗਿਆ ਚੱਬੇ ਜਾ ਕੇ ਮੈਂ ਜਿਹੜਾ ਸੀ ਇੱਕ ਉਹਨਾਂ ਦਾ ਮੰਜਰ ਕੇ ਮੰਦਰ ਇੰਨਾ ਇੱਕ ਮੇਲਾ ਹੁੰਦਾ ਉੱਥੇ ਸ਼ੂਲਿਤ ਕਰਨ ਗਿਆ ਸੀਗਾ ਤੇ ਉਹਨਾਂ ਦਾ ਡੈਪੂਟੇਸ਼ਨ ਮੈਨੂੰ ਮਿਲਿਆ ਮੰਗ ਪੱਤਰ ਦਿੱਤਾ ਵੀ ਇਹ ਚੀਜ਼ ਹੈ ਜੀ ਵੇਖੋ ਸਾਨੂੰ ਇਹ ਡੈਮ ਤੇ ਬਣਾ ਲਿਆ ਤੇ ਡੈਮ ਬਣਾਉਣਾ ਪਾਣੀ ਇਕੱਠਾ ਹੋ ਗਿਆ ਸਾਡੇ ਪਿੰਡ ਉੱਜੜ ਗਏ ਅਸੀਂ ਉੱਜੜ ਗਏ ਸਾਨੂੰ ਤਾਂ ਰਹਿਣ ਦੀ ਜਗ੍ਹਾ ਨਹੀਂ ਮਿਲੀ ਮੁੜ ਕੇ ਤੇ ਸਾਡਾ ਪ੍ਰਬੰਧ ਨਹੀਂ ਕੀਤਾ ਤੇ ਸਾਨੂੰ ਬਕਾਇਦਾ ਤੌਰ ਤੇ ਕੋਈ ਨੌਕਰੀ ਨਹੀਂ ਦਿੱਤੀ ਗਈ। ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਮੈਂ ਇਹਨਾਂ ਨੂੰ ਉੱਥੋਂ ਹੀ ਫੋਨ ਕੀਤਾ ਕਿ ਬਾਦਲ ਸਾਹਿਬ ਇਹ ਪ੍ਰੋਬਲਮ ਆ ਰਹੀ ਹੈ ਤੇ ਬਾਦਲ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਵੀ ਤੁਸੀਂ ਇਹ ਅਨਾਊਂਸ ਕਰ ਦਿਓ ਵੀ 150 ਬੰਦੇ ਨੂੰ ਉੱਥੇ ਨੌਕਰੀ ਦਿਆਂਗੇ ਜੀ। ਕਹਿੰਦੇ ਇੰਨੇ ਦਿਲਦਾਰ ਸਾਨੂੰ ਬਾਦਲ ਸਾਹਿਬ ਜਿਹੜੇ ਸੀਗੇ ਇਸ ਕਰਕੇ ਕਹਿੰਦੇ ਬਾਦਲ ਸਾਹਿਬ ਨੇ ਜਿਹੜਾ ਸੀ ਉਸ ਅਨਾਊਂਸਮੈਂਟ ਕੀਤੀ। ਇੱਕ ਉਹਨਾਂ ਹੋਰ ਘਟਨਾ ਦੱਸੀ ਵੀ ਚੰਡੀਗੜ੍ਹ ਤੋਂ ਬੱਦੀ ਸੜਕ ਬਣਨੀ ਸੀ ਜੀ। ਮੈਂ ਉਹਨਾਂ ਨੂੰ ਇੱਕੇ ਵਾਰੀ ਜਾ ਕੇ ਕਿਹਾ ਵੀ ਜਦੋਂ ਕੇਂਦਰ ਨੇ ਸਾਨੂੰ ਹਿਮਾਚਲ ਨੂੰ ਦੇ ਦਿੱਤੇ ਨਾ ਵੀ ਤੁਸੀਂ ਇੱਥੇ ਆਪਣਾ ਜਿਹੜਾ ਸੀ ਟੈਕਸ ਫਰੀ ਇੰਡਸਟਰੀ ਲਾ ਸਕਦੇ ਹੋ ਬਹੁਤ ਸਾਰੀ ਇੰਡਸਟਰੀ ਚਲੇ ਗਈ ਸੀ ਉੱਥੇ। ਉਹ ਸੜਕ ਜੇ ਪੰਜਾਬ ਸਰਕਾਰ ਚਾਹੁੰਦੀ ਸੀ ਬਣਦੀ ਸੀ ਨਹੀਂ ਬਣਦੀ ਸੀ ਕਹਿੰਦੇ ਉਹ ਸੜਕ ਜਿਹੜੀ ਆ ਬਾਦਲ ਸਾਹਿਬ ਨੇ ਉਸ ਵੇਲੇ ਮਨਜ਼ੂਰ ਕੀਤੀ ਤੇ 22 ਕਿਲੋਮੀਟਰ ਸੜਕ ਬਣਾ ਦਿੱਤੀ ਜੀ। ਇਸ ਕਰਕੇ ਬਾਦਲ ਸਾਹਿਬ ਬੜੇ ਦਿਲਦਾਰ ਕਿਸਮ ਦੇ ਬੰਦੇ ਸੀ ਉਹਨਾਂ ਦੇ ਦਿਮਾਗ 'ਚ ਉਹਨਾਂ ਨੂੰ ਕੋਈ ਨੋਟ 'ਚ ਗੱਲ ਆਉਂਦੀ ਸੀ ਤੇ ਉਸ ਵੇਲੇ ਕਰਦੇ ਸੀਗੇ। ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਅੱਜ ਭੋਗ ਸਮਾਗਮ ਦੇ ਵਿੱਚ ਅੰਤਿਮ ਅਰਦਾਸ ਦੇ ਵਿੱਚ ਬਕਾਇਦਾ ਤੌਰ ਤੇ 12-1 ਦੇ ਵਿੱਚ ਪੰਡਾਲ ਲਾਇਆ ਗਿਆ ਸੀ ਜਿਹੜਾ ਵਾਟਰਪਰੂਫ ਸੀਗਾ ਜੀ। 2-3 ਲੰਗਰ ਲਾਏ ਗਏ ਸੀ 60 ਏਕੜ ਪੂਰੀ ਭੂਮੀ ਘੇਰੀ ਗਈ ਸੀ ਜਿਹਦੇ ਵਿੱਚ 2 ਪਾਰਕਾਂ ਵੀ ਬਣਾਈ ਗਈ ਸੀਗੀ ਜੀ। ਬੀਬੀਆਂ ਵਾਸਤੇ ਵੱਖਰਾ ਆਮ ਲੋਕਾਂ ਵਾਸਤੇ ਵੱਖਰਾ ਤੇ ਲੀਡਰਾਂ ਵਾਸਤੇ ਵੱਖਰਾ ਤੇ ਸੰਤ ਸਮਾਜ ਦੇ ਵਾਸਤੇ ਸਟੇਜ ਇੱਕ ਵੱਖਰੀ ਬਣਾਈ ਗਈ ਸੀ ਜੀ। ਤੇ ਗੁਰੂ ਜਿੱਥੇ ਪ੍ਰਕਾਸ਼ ਕੀਤਾ ਸੀ ਉਹ ਇੱਕ ਵੱਖਰੀ ਸਟੇਜ ਬਣਾਈ ਗਈ ਸੀ। ਬਾਕੀ ਜੋ ਬੁਲਾਰੇ ਬੋਲਦੇ ਸੀਗੇ ਬੁਲਾਰੇ ਸਭ ਥੱਲੇ ਬੈਠੇ ਸੀ ਭਾਵੇਂ ਅਮਿਤ ਸ਼ਾਹ ਹੋਣ ਭਾਵੇਂ ਸੁਖਬੀਰ ਬਾਦਲ ਭਾਵੇਂ ਜਿਹੜਾ ਮਰਜ਼ੀ ਹੋਵੇ ਸਭ ਥੱਲੇ ਬੈਠੇ ਸੀਗੇ ਜੀ। ਤੇ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਹੜੇ ਮਾਨਯੋਗ ਸਾਡੇ ਮਨਪ੍ਰੀਤ ਸਿੰਘ ਹਰੀ ਬਾਦਲ ਨੇ ਉਹ ਆਮ ਤੌਰ ਤੇ ਤੁਹਾਨੂੰ ਪਤਾ ਹਮੇਸ਼ਾ ਹੀ ਹਰ ਆਪਣਾ ਭਾਸ਼ਣ ਜਿਹੜਾ ਉਹ ਸ਼ੇਅਰ ਨਾਲ ਸ਼ੁਰੂ ਕਰਦੇ ਹੁੰਦੇ ਹਨ ਜੀ। ਉਹਨਾਂ ਨੇ ਕਿ ਆਜਾ ਚਮਨਦਿਆ ਮਾਲੀਆ ਬੂਟੇ ਉਦਾਸ ਨੇ ਜਿਸ ਦੇ ਨਾਲ ਤੁਰ ਗਿਆ ਨਾਲ ਹੀ ਤੁਰ ਗਿਆ ਨੇ ਕੁੱਲ ਬਹਾਰਾਂ ਤੇਰੇ ਹਿਜਰ ਚ ਫੁੱਲ ਤੇ ਕਲੀਆਂ ਰੋਂਦੀਆਂ ਜਿੱਧਰ ਲੰਘਦਾ ਸੀ ਸੋਹਣਿਆ ਉਹ ਗਲੀਆਂ ਪਈਆਂ ਰੋਂਦੀਆਂ ਜੀ। ਇਸ ਕਰਕੇ ਉਹਨਾਂ ਨੇ ਆਪਣੇ ਤੋਂ ਸ਼ੁਰੂ ਕੀਤੀ ਸੀ ਤੇ ਆਪਣੇ ਤਾਇਆ ਜੀ ਬਾਰੇ ਬੜੇ ਵਧੀਆ ਵਧੀਆ ਲਫ਼ਜ਼ ਵੱਧ ਕੇ ਵਰਤੇ ਸੀ ਉਹਨਾਂ ਨੇ। ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਬਲਵਿੰਦਰ ਸਿੰਘ ਭੁੰਦੜ ਆ ਜੀ ਉਹਨਾਂ ਵੀ ਕਿਹਾ ਤੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਹੈਗੇ ਸੀ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਉਹਨੇ ਸਟੇਜ ਤੋਂ ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਫਿਰ ਆ ਕੇ ਇੰਨੀ ਗੱਲ ਕਹੀ ਵੀ ਅੱਜ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਜਿਸ ਤਰ੍ਹਾਂ ਬਕਾਇਦਾ ਤੌਰ ਤੇ ਮਨਪ੍ਰੀਤ ਬਾਦਲ ਨੇ ਇਹ ਗੱਲ ਕਹੀ ਹੈ ਵੀ ਅੱਜ ਪਾਸ ਤੇ ਦਾਸ ਜਿਹੜਾ ਵਾ ਉੱਪਰ ਸਵਰਗ ਦੇ ਵਿੱਚ ਕਿੱਥੇ ਮੋਢੇ ਦਾ ਮੋਢਾ ਜੁੜ ਕੇ ਬੈਠੇ ਹੋਣਗੇ ਗੋਡੇ ਨਾਲ ਗੋਡੇ ਜੁੜ ਕੇ ਬੈਠੇ ਹੋਣਗੇ ਜੀ। ਅਸੀਂ ਤੁਹਾਨੂੰ ਵੀ ਦੋਵਾਂ ਭਰਾਵਾਂ ਨੂੰ ਅਪੀਲ ਕਰਦੇ ਵੀ ਤੁਸੀਂ ਇੱਕ ਮੰਚ ਤੇ ਇਕੱਠੇ ਹੋ ਕੇ ਉਹਨੂੰ ਜਿਹੜਾ ਸੀ ਆਪਣੀ ਸਿਆਸਤ ਕਰੋ ਆਪਣੇ ਪਰਿਵਾਰ ਰਫਾਲੋ ਜੀ। ਨਾਲ ਇਹ ਵੀ ਗੱਲ ਕਹੀ ਮਨਪ੍ਰੀਤ ਨੇ ਵੀ ਮੇਰੇ ਵੀ ਗਲਤੀਆਂ ਕੀਤੀਆਂ ਸੀ ਤੇ ਮੈਂ ਜਦੋਂ ਫਿਰ ਵਾਪਸ ਆਇਆ ਤੇ ਮੈਨੂੰ ਇਹਨਾਂ ਗਲੇ ਲਾ ਲਿਆ ਜੀ। ਉਹਨਾਂ ਸਭ ਕੁਛ ਮਾਫ ਕਰਤਾ। ਮਾਫ ਕਰਨ ਦੀ ਉਹਨਾਂ ਚ ਬੜੀ ਵੱਡੀ ਇੱਕ ਸਮਝ ਖੂਬੀ ਸੀ ਉਹ ਜੀ। ਕਦੀ ਵੀ ਬਾਦਲ ਸਾਹਿਬ ਕਹਿ ਦਿੰਦੇ ਸੀ ਵੀ ਭਾਈ ਆਪਾਂ ਕਿਸੇ ਤੋਂ ਬਦਲਾ ਲਓ ਭਾਵਨਾ ਨਹੀਂ ਰੱਖਣੀ ਕਿਸੇ ਕਿਸਮ ਦੀ ਵੀ। ਇਸ ਕਰਕੇ ਜਿਹੜੇ ਸਰਦਾਰ ਜਿਹੜੇ ਬਾਬਾ ਸਾਡੇ ਹੈਗੇ ਸੀ ਰਾਧਾ ਸਵਾਮੀ ਜੀ ਬਾਕੀ ਸੰਤ ਸਮਾਜ ਜ਼ਰੂਰ ਉੱਤੇ ਬੈਠਾ ਸੀਗਾ ਸਟੇਜ ਦੇ ਉੱਤੇ, ਲੇਕਿਨ ਉਹ ਸੰਗਤ ਚ ਬੈਠੇ ਸੀਗੇ, ਉਹ ਉੱਪਰ ਨਹੀਂ ਬੈਠੇ
ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਬੈਠੇ ਸੀ, ਸਰਦਾਰ ਬਿਕਰਮ ਸਿੰਘ ਮਜੀਠੀਆ ਕੋਲ ਬੈਠੇ ਸੀ, ਬਾਕੀ ਆਗੂ ਬੈਠੇ ਸੀਗੇ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਵੀ ਆਗੂ ਹੁੰਦਾ ਸੀ ਆ ਕੇ ਬਕਾਇਦਾ ਤੌਰ ਤੇ ਫਤਿਹ ਜਦੋਂ ਬੁਲਾਉਂਦਾ ਸੀਗਾ ਜੀ। ਪਰਮਜੀਤ ਸਿੰਘ ਸਰਨਾ ਸੀਗਾ, ਉਹ ਵੀ ਉੱਥੇ ਗਏ ਸੀ। ਸਰਦਾਰ ਸਰਨਾ ਨੇ ਵੀ ਜਿਹੜੇ ਸੀ ਆਪਣੀ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਕਹੀ ਵੀ ਸਰਦਾਰ ਬਾਦਲ ਦਾ ਕੋਈ ਸਾਨੀ ਨਹੀਂ ਜੀ, ਤੇ ਅੱਜ ਸਾਨੂੰ ਲੋੜ ਹੈ ਜਿਹੜੇ ਅਕਾਲੀ ਦਲ ਦਾ ਬੂਟਾ ਉਹਨਾਂ ਲਾਇਆ ਸੀਗਾ ਉਹ ਉਸ ਬੂਟੇ ਨੂੰ ਪਾਣੀ ਦੀ ਤੇ ਤਕੜਾ ਕਰੀਏ। ਉਹਨਾਂ ਨੇ ਆਪਣੇ ਤਰੀਕੇ ਨਾਲ 2 ਮਿੰਟ ਚ ਸ਼ਰਧਾਂਜਲੀ ਲਈ ਭੇਟ ਕੀਤੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਣ ਦੀ ਗੱਲ ਕਹੀ ਹੈ ਜੀ। ਸਾਡੇ ਜਿਹੜੇ ਸਪੀਕਰ ਲੋਕ ਸਭਾ ਦੇ ਓਮ ਬਿਰਲਾ ਉਹ ਵੀ ਉੱਥੇ ਆਏ ਸੀਗੇ। ਉਹਨਾਂ ਨੇ ਫਿਰ ਬਾਦਲ ਸਾਹਿਬ ਦੇ ਸਿਆਸੀ ਜੀਵਨ ਤੇ 2 ਮਿੰਟ ਗੱਲ ਕੀਤੀ ਵੀ ਬਾਦਲ ਸਾਹਿਬ ਨੇ ਰਾਜਨੀਤੀ ਆਪਣੇ ਸਰਪੰਚੀ ਤੋਂ ਸ਼ੁਰੂ ਕੀਤੀ ਸੀ ਤੇ ਜ਼ਿਆਦਾ ਸਮਾਂ ਉਹਨਾਂ ਆਪਣਾ ਜ਼ਿੰਦਗੀ ਦਾ ਜੇਲ੍ਹ ਦੇ ਵਿੱਚ ਬਿਤਾਇਆ ਜੀ। ਤੇ ਸੰਘਰਸ਼ ਨੂੰ ਸੰਘਰਸ਼ ਲਈ ਜੇ ਯਾਦ ਕਰਨਾ ਤੇ ਸਰ ਬਾਦਲ ਨੂੰ ਗੜੇ ਕੀਤਾ ਜਾ ਸਕਦਾ ਵਾ ਜੀ। ਸੁਖਬੀਰ ਜਸਬੀਰ ਸਿੰਘ ਗੜੀ ਜਿਹੜੇ ਬਸਪਾ ਦੇ ਪ੍ਰਧਾਨ ਸੀਗੇ ਉਹਨਾਂ ਨੇ ਵੀ ਸੰਬੋਧਨ ਕੀਤਾ। ਉਹ ਕਹਿੰਦੇ ਵੀ ਪੰਜਾਬ ਦੀ ਲੜਾਈ ਲੜਨ ਦੇ ਵਿੱਚ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੋਹਰਲੀ ਕਤਾਰ 'ਚ ਰਹੇ ਜੀ। ਆਪਣੀ 75 ਸਾਲ ਦੀ ਜ਼ਿੰਦਗੀ ਦੇ ਵਿੱਚ 75 ਸਾਲ ਦੀ ਆਜ਼ਾਦੀ ਦੇ ਸਮੇਂ ਤੋਂ ਬਾਅਦ 63 ਸਾਲ ਉਹਨਾਂ ਨੇ ਕੇਂਦਰ ਸਰਕਾਰ ਨਾਲ ਲੜਦੇ ਗੁਜ਼ਾਰ ਦਿੱਤੇ ਨੇ ਜੀ। ਉਹ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਬੰਦੇ ਆਏ ਸੀਗੇ ਉਹਨਾਂ ਨੇ ਆ ਕੇ ਸੰਬੋਧਨ ਕੀਤਾ ਸੀ। ਸਚਿਨ ਪਾਇਲਟ ਆਏ ਸੀਗੇ, ਉਹਨਾਂ ਨੇ ਵੀ ਬਾਦਲ ਸਾਹਿਬ ਦੀਆਂ ਜਿਹੜੀਆਂ ਉਹੀ ਜਿਹੜੀਆਂ ਬਾਕੀ ਨੇ ਗੱਲਾਂ ਕੀਤੀਆਂ ਉਹੀ ਗੱਲ ਕੀਤੀ ਵੀ ਸਰਦਾਰ ਬਾਦਲ ਸਾਹਿਬ ਆਮ ਤੌਰ ਤੇ 2 ਲਫ਼ਜ਼ ਹੁੰਦੇ ਸੀ, ਸਰਦਾਰ ਸਾਹਿਬ ਤੇ ਕਾਕਾ ਜੀ ਜੀ, 2 ਲਫ਼ਜ਼ਾਂ ਨੇ ਆਮ ਸੰਬੋਧਨ ਕਰਦੇ ਸੀਗੇ। ਜਿਹੜੇ ਸਾਡੇ ਸੁਖਵਿੰਦਰ ਸਿੰਘ ਸ਼ੇਖੋ CPM ਦੇ ਪ੍ਰਧਾਨ ਹਨ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੀ ਮੁਹਿੰਮ ਵਿੱਢੀ ਸੀ ਪੰਜਾਬ ਨੂੰ ਕਰਜ਼ੇ ਚੋਂ ਕੱਢਣ ਦੀ, ਆਓ ਰਲ ਕੇ ਆਪਾਂ ਬਾਦਲ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰੀਏ। ਸਰਦਾਰ ਬਰਜਿੰਦਰ ਸਿੰਘ ਹਮਦਰਦ ਜੀ ਜਿਹੜੇ ਐਡੀਟਰ ਨੇ ਅਜੀਤ ਦੇ ਉਹ ਗਏ ਸੀ ਉੱਥੇ, ਉਹਨਾਂ ਨੇ ਵੀ ਆਪਣੀ ਗੱਲ ਕੀਤੀ ਕਿ ਜਦੋਂ ਪੰਜਾਬ ਦਾ ਕਰਜ਼ਾ 8,000 ਕਰੋੜ ਸੀਗਾ ਤੇ ਉਦੋਂ ਇੰਦਰ ਕੁਮਾਰ ਗੁਜਰਾਲ ਜਿਹੜੇ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ ਜੀ। ਕਹਿੰਦੇ ਉਹ ਵੀ ਮੇਰੇ ਘਰ ਆਏ ਸੀਗੇ ਤੇ ਬਕਾਇਦਾ ਤੌਰ ਤੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਵੀ ਆਏ ਸੀਗੇ। ਉਸ ਟਾਈਮ ਦੇ ਉੱਤੇ ਮੈਂ ਇੱਕ ਬੇਨਤੀ ਕੀਤੀ ਸੀ ਉਹਨਾਂ ਨੂੰ, ਪ੍ਰਧਾਨ ਮੰਤਰੀ ਸਾਹਿਬ ਨੂੰ, ਕਿ ਜਿਹੜਾ ਪੰਜਾਬ ਦਾ ਕਰਜ਼ਾ ਉਹ 8,000 ਕਰੋੜ ਮਾਫ਼ ਕਰ ਦਿਓ। ਤੂੰ ਕਹਿੰਦੇ ਕਿਵੇਂ ਮੈਂ ਕਰ ਸਕਦਾ, ਮੇਰੇ ਕੋਲ ਤਾਂ ਪਾਵਰ ਹੀ ਨਹੀਂ ਹੈਗੀ, ਮੈਂ ਕਿਵੇਂ ਕਰ ਸਕਦਾ ਹੈ ਜੀ, ਤੁਹਾਡਾ ਕੀਤਾ ਕਿ ਹੋਰ ਵੀ ਕਹਿਣਗੇ। ਤੇ ਕਹਿੰਦੇ ਜੀ ਮੈਂ ਬਾਦਲ ਸਾਹਿਬ ਨੂੰ ਕਿਹਾ, ਬਾਦਲ ਸਾਹਿਬ ਤੁਸੀਂ ਕਹੋ। ਫਿਰ ਬਾਦਲ ਸਾਹਿਬ ਨੇ ਕਿਹਾ ਗੁਜਰਾਲ ਸਾਹਿਬ ਨੂੰ ਮਾਫ਼ ਕਰ ਦਿਓ। ਤੇ ਫਿਰ ਉਹਨਾਂ ਕਿਹਾ ਜੀ ਮੈਨੂੰ ਬਾਦਲ ਸਾਹਿਬ ਨੇ ਕਿਹਾ ਇਹਨਾਂ ਨੂੰ ਨਹੀਂ ਮੋੜ ਸਕਦਾ ਮੈਂ। ਉਹ ਕਹਿੰਦੇ ਕਿਸ ਤਾਰੀ ਵੀ ਸਾਡਾ ਉਹਨਾਂ ਕਿ ਜਿਹੜਾ ਸੀ ਕਰਜ਼ਾ ਮਾਫ਼ ਬਕਾਇਦਾ ਤੌਰ ਤੇ ਕਰਤਾ। ਬਲਵਿੰਦਰ ਸਿੰਘ ਭਿੰਦਰ ਜੋ ਖਲੋ ਕੇ ਬੋਲਣ ਲੱਗੇ ਉਹ ਭਾਵਕ ਵੀ ਹੋਏ ਤੇ ਉਹ ਕਿ ਦੱਸਦੇ ਨੇ ਵੀ ਜਦੋਂ ਐਮਰਜੈਂਸੀ ਦੀ ਜੰਗ ਲੱਗੀ ਸੀਗੀ, ਲੜਾਈ ਲੱਗੀ ਸੀ, ਉਸ ਤੋਂ ਪਹਿਲਾਂ ਇੱਕ ਮੀਟਿੰਗ ਸਾਡੀ ਦਿੱਲੀ ਹੋ ਰਹੀ ਸੀ ਜੀ। ਦਿੱਲੀ ਮੀਟਿੰਗ ਦੇ ਵਿੱਚ ਕਿਸੇ ਵੀ ਅਕਾਲੀ ਨੂੰ ਨਹੀਂ ਫੜਿਆ ਗਿਆ, ਜਿਹੜੇ ਬਾਕੀ ਬੈਠੇ ਸੀ ਗੈਰ ਅਕਾਲੀ ਉਹ ਸਾਰੇ ਫੜ ਲਿਆ ਗਿਆ ਜੀ। ਜਦੋਂ ਪੰਜਾਬ ਆ ਕੇ 8 ਬੰਦੇ ਸਾਡੀ ਮੀਟਿੰਗ ਹੋ ਰਹੀ ਸੀ ਤੇ 8 ਦੇ ਵਿੱਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕੋ ਹੀ ਰਾਏ ਸੀ ਵੀ ਆਪਾਂ ਇਸ ਜ਼ੁਲਮ ਦੇ ਖਿਲਾਫ਼ ਲੜੀਏ ਜੀ। ਇਹ ਜ਼ੁਲਮ ਹੋ ਰਿਹਾ, ਧੱਕੇਸ਼ਾਹੀ ਹੋ ਰਹੀ ਹੈ। 7 ਬੰਦੇ ਕਹਿੰਦੇ ਸੀ ਜਦੋਂ ਸਾਨੂੰ ਇੰਦਰਾ ਗਾਂਧੀ ਕਹਿੰਦੀ ਹੈ ਵੀ ਜੋ ਤੁਸੀਂ ਨਹੀਂ ਲੈਣਾ ਲੈ ਲਓ ਤੇ ਤੁਸੀਂ ਮੋਰਚਾ ਨਾ ਲਾਇਓ। ਲੇਕਿਨ ਇਕੱਲੇ ਬਾਦਲ ਸੀ ਜਿਹੜੇ ਡਟੇ ਰਹੇ ਸੀ ਤੇ ਉਹਨਾਂ ਨੇ ਫਿਰ ਇਕੱਲਿਆਂ ਨੇ ਬਾਕੀ ਨੂੰ ਮਨਾ ਲਿਆ ਤੇ ਮੋਰਚਾ ਲੱਗਾ ਸੀ। 5 ਬੰਦੇ ਗ੍ਰਿਫ਼ਤਾਰ ਜਿਹੜੇ ਜਾਂਦੇ ਸੀ ਤੇ 1 ਬੰਦਾ ਕਰਦੇ ਸੀ, ਬਾਕੀ 4 ਛੱਡ ਦਿੰਦੇ ਸੀ ਗਿਆਨੀ ਸਰਕਾਰ ਜਿਹੜੀ ਸੀ ਜੀ। ਇਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਬਕਾਇਦਾ ਤੌਰ ਤੇ ਤੁਸੀਂ ਸਾਰੇ ਸੁਖਬੀਰ ਬਾਦਲ ਨੂੰ ਤੇ ਕਿਹਾ ਭਾਈ ਤੁਸੀਂ ਇਕੱਠੇ ਹੋ ਜਾਓ ਹੁਣ ਤੇ ਜਿਹੜੀਆਂ ਯਾਦਗਾਰਾਂ ਬਣਾਈਆਂ ਉਹਦਾ ਮਾਣ ਸਤਿਕਾਰ ਜਿਹੜਾ ਸਿਰਫ ਤੇ ਸਿਰਫ ਸਰਦਾਰ ਬਾਦਲ ਨੂੰ ਜਾਂਦਾ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇ ਯਾਦਗਾਰਾਂ ਦਾ ਕੋਈ ਕੰਮ ਕੀਤਾ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਜੀ। ਓਮ ਪ੍ਰਕਾਸ਼ ਚਟਾਲਾ ਦੇ ਵੀ ਆਪਣੇ ਪੁਰਾਣੇ ਰਿਸ਼ਤੇ ਜਿਹੜੇ ਸੀ ਭਾਵਕ ਹੁੰਦੇ ਆ ਜਿਹੜੇ ਸੀ ਉਹ ਗੱਲ ਕੀਤੀ, ਲੇਕਿਨ ਉਹਨਾਂ ਦੀ ਆਵਾਜ਼ ਬੜੀ ਘੱਟ ਸੀ, ਹੁਣ ਬਜ਼ੁਰਗ ਕਾਫੀ ਹੋ ਗਏ ਨੇ। ਤੇ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਹੋਰੀ ਸੀਗੇ ਉਹਨਾਂ ਨੇ ਸੰਬੋਧਨ ਕੀਤਾ, ਉਹਨਾਂ ਨੇ ਕਈ ਤੁੱਕਾਂ ਦੇ ਕੇ ਜਿਹੜਾ ਸੀ ਆਪਣੀ ਗੱਲ ਕੀਤੀ ਹੈ ਤੇ ਕਿਹਾ ਵੀ ਭਾਈ ਜਿਹੜਾ ਇਸ ਵੇਲੇ ਜਿਹੜੇ ਸਾਡੀਆਂ ਜਿਹੜੀਆਂ ਅਕਾਲੀ ਦਲ ਆ ਉਹਨੂੰ ਇੱਕ ਮੁੱਠ ਹੋਣਾ ਚਾਹੀਦਾ ਜੇ ਅਸੀਂ ਕੁਛ ਕਰਨਾ ਚਾਹੁੰਦੇ ਹਾਂ। ਤੇ ਸੁਖਬੀਰ ਸਿੰਘ ਬਾਦਲ ਨੇ ਅਖੀਰ ਸਾਰਿਆਂ ਦਾ ਧੰਨਵਾਦ ਕੀਤਾ ਵੀ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ। ਜੀ ਬਿਲਕੁਲ। ਦੂਸਰੀ ਗੱਲ, ਇੱਕ ਸੁਖਬੀਰ ਬਾਦਲ ਨੇ ਜਾਂਦੇ ਜਾਂਦੇ ਜਿਹੜੀ ਮਾਫ਼ੀ ਮੰਗੀ ਹੈਗੇ ਸਾਡੇ ਤੋਂ, ਸਾਡੇ ਪਰਿਵਾਰ ਤੋਂ, ਜੇ ਕੋਈ ਜਾਣੇ ਅਣਜਾਣੇ 'ਚ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ, ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ?
ਨਹੀਂ ਵੇਖੋ ਜੀ, ਇਹ ਮਾਫ਼ੀ ਕੋਈ ਪਹਿਲੀ ਵਾਰੀ ਤੇ ਮੰਗੀ ਨੀ ਇਹਨਾਂ ਨੇ ਜੀ। ਉਹ ਤਾਂ ਜਦੋਂ ਅਕਾਲ ਤਖ਼ਤ ਤੇ ਇਹਨਾਂ ਖੰਡ ਪਾਠ ਕਰਵਾਇਆ ਸੀ ਉਦੋਂ ਵੀ ਕਿਹਾ ਸੀ, ਪੱਤਰਕਾਰਾਂ ਨੂੰ ਕਿਹਾ ਸੀ ਕਿ ਭਾਈ ਜਿਹੜੀ ਸਾਡੇ ਕੋਲ ਜਾਣੇ ਅਣਜਾਣੇ ਗਲਤੀ ਆਈ ਉਹਦੀ ਮਾਫ਼ੀ ਚਾਹੁੰਦੇ ਅਸੀਂ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇੰਨੀ ਗੱਲ ਕਹੀ ਸੀ ਵੀ ਪੱਤਰਕਾਰਾਂ ਨੇ ਕਿਤੇ ਸਾਡੇ ਕੋਲ ਵਧੀਕੀ ਹੋਈ ਤੇ ਸਾਨੂੰ ਉਹ ਵੀ ਮਾਫ਼ੀ ਦੇ ਦਿਓ, ਸਿਰਫ ਮਾਫ਼ੀ ਚਾਹੁੰਦੇ ਆ ਜੀ। ਕਿਉਂਕਿ ਤੁਹਾਨੂੰ ਪਤਾ ਹੋਊਗਾ 6-7 ਸਤੰਬਰ 2016 ਨੂੰ ਜਿਹੜਾ ਮਜੀਠੀ ਦੇ ਕਰ ਗਿਆ ਪੱਤਰਕਾਰ ਦੇ ਲਾਠੀਚਾਰਜ ਹੋਇਆ ਸੀ, ਉਹਦੀ ਬੜਾ ਨੋਟਿਸ ਵੀ ਮਿਲ ਲਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੀ। ਔਰ ਉਹਨਾਂ ਦੇ ਓ ਐਸ ਡੀ ਦਾ ਮੈਨੂੰ ਫੋਨ ਮਿਲਿਆ ਸੀ ਤੇ ਬਕਾਇਦਾ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪ੍ਰੈਸ ਨੂੰ ਜਾਰੀ ਕਰਕੇ ਅਖਬਾਰ 'ਚ ਮਾਫ਼ੀ ਮੰਗੀ ਸੀ ਉਹਦੀ ਜੀ। ਇਸ ਕਰਕੇ ਉਹਨਾਂ ਯਾਦ ਸੀ ਤੇ ਉਹਨੇ ਕਿਹਾ ਪੱਤਰਕਾਰ ਮਾਫ਼ੀ ਮੰਗਦੇ, ਇਹ ਪਹਿਲੀ ਵਾਰੀ ਨੀ, 4-5 ਵਾਰੀ ਕਹਿ ਚੁੱਕੇ ਨੇ ਸਾਰੇ ਪਰਿਵਾਰ ਦੇ। ਅੱਜ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਉਣ 'ਚ ਗੱਲ ਕਹੀ ਹੈ ਵੀ ਜਿਹੜੀ ਮਾਫ਼ੀ 'ਚ ਉਹਨੇ ਸਾਡੇ ਕੋਲ ਜਾਣੇ ਅਣਜਾਣੇ ਕੋਈ ਗਲਤੀ ਹੋਈ ਆ, ਭਾਵੇਂ ਉਹਨੂੰ ਜਾਣ ਬੁੱਝ ਕੇ ਸਮਝ ਲਓ, ਭਾਵੇਂ ਅਣਜਾਣੇ ਸੁਣ, ਜਿਹੜਾ ਮਰਜ਼ੀ ਸੁਣ ਲਓ, ਸਾਨੂੰ ਮਾਫ਼ੀ ਦਿਓ। ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਮਾਫ਼ੀ ਮੰਗਦੇ ਹਾਂ ਅਤੇ ਇੱਥੇ ਦੇ ਪੰਥ ਤੇ ਬੜਾ ਕੁਝ ਮਾਫ਼ ਕਰ ਦਿੰਦਾ ਵਾ, ਇਹ ਸਾਨੂੰ ਮਾਫ਼ੀ ਦਿਓ ਜੀ। ਦੂਜੀ ਗੱਲ ਆ ਜੀ, ਚੰਗੀ ਗੱਲ ਜੀ। ਪੱਟੀ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਗ੍ਰਹਿ ਮੰਤਰੀ ਕੋਲ ਰੱਖਿਆ ਬੰਦੀ ਸਿੰਘਾਂ ਦਾ ਕੇਸ, ਇਹ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੋ ਗੱਲਾਂ ਸੀ ਜੀ ਪ੍ਰਧਾਨ ਨੇ। ਪਹਿਲੀ ਗੱਲ ਤੇ ਉਹਨਾਂ ਨੇ ਜਿਹੜੀ ਬੰਦੀ ਸਿੰਘਾਂ ਦੀ ਗੱਲ ਕੀਤੀ ਆ, ਉਹਨਾਂ ਨੇ ਇਹ ਕਿਹਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਆਪਣੀ ਖਾਸ ਸ਼ਿਕੇ ਸੀ ਜੀ, ਉਹ ਚਾਹੁੰਦੇ ਸੀ ਵੀ ਬੰਦੀ ਸਿੰਘ ਰਿਹਾ ਹੋ ਜਾਣ ਜੀ। ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਜਦੋਂ 2007 ਸਰਕਾਰ ਬਣਦੀ ਆ ਜੀ, ਤੇ ਸਾਡੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਇੰਨੀ ਗੱਲ ਕਹੀ ਸੀ ਵੀ ਬਾਦਲ ਸਾਹਿਬ ਜਿਹੜੇ ਆ ਬੰਦੀ ਸੀਗੀ, ਹੁਣ ਤੁਸੀਂ ਰਿਹਾ ਕਰ ਦਿਓ, ਸਰਕਾਰ ਆਪਣੀ ਬਣ ਗਈ, ਥੱਲੇ ਵੀ ਆਪਣੀ, ਉੱਪਰ ਵੀ ਆਪਣੀ। ਤੇ ਉਦੋਂ ਇਹਨਾਂ ਨੇ ਉੱਪਰ ਆਪਣੀ ਨਹੀਂ, ਮਤਲਬ ਤੁਹਾਡੀ ਸਰਕਾਰ ਬਣੀ, ਤੁਸੀਂ ਰਿਹਾ ਕਰ ਦਿਓ। ਤੇ ਉਦੋਂ ਸਰ ਬਾਦਲ ਦਾ ਜਵਾਬ ਕੀ ਸੀ? ਉਹਨੇ ਕਿਹਾ ਜਥੇਦਾਰ ਜੀ, ਤੁਸੀਂ ਇਹ ਗੱਲ ਆ ਕਿਆ ਕਰੋ ਜੇ ਇਹ ਬਾਹਰ ਹੋਣਗੇ ਆਪਣੇ ਲਈ ਪ੍ਰੋਬਲਮ ਕ੍ਰੀਏਟ ਕਰਨਗੇ। ਉਦੋਂ ਤੇ ਇਹ ਗੱਲ ਕਹੀ ਮੁੜ ਕੇ ਜਿਹਨਾਂ ਸ਼ੁਰੂ ਕਰਤੀ ਜਦੋਂ ਸੱਤਾ ਤੋਂ ਬਾਹਰ ਹੋ ਗਏ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। 2012 ਦੇ ਵਿੱਚ ਫਿਰ ਇਹਨਾਂ ਜਿਹੜਾ ਉਹ ਬਲਵੰਤ ਸਿੰਘ ਰਾਜੇ ਬਣੇ ਜਦੋਂ ਅਕਾਲੀ ਦਲ ਦੀ ਸਪੋਰਟ ਕੀਤੀ ਆ, ਫਿਰ ਉਹਦੀ ਗੱਲ ਇਹਨਾਂ ਕੀਤੀ ਵੀ ਰਿਹਾ ਹੋਣੇ ਚਾਹੀਦੇ ਆ, ਉਦੋਂ ਫਿਰ ਸ਼ੁਰੂ ਕੀਤਾ। ਲੇਕਿਨ ਉਹਨਾਂ ਵਾਸਤੇ ਜਿਹੜੀ ਵਕੀਲਾਂ ਨੇ ਕਿ ਪੈਨਲ ਬਣਿਆ ਸੀ ਵੱਖਰਾ ਜੀ, ਲਾਇਰਸ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਵਾਲਿਆਂ ਦਾ, ਉਹ ਵੀ ਕੰਮ ਕਰ ਰਹੇ ਸੀ, ਸਾਰੇ ਕਰ ਰਹੇ ਸੀਗੇ। ਲੇਕਿਨ ਜੇ ਚਾਹੁੰਦੇ ਤੇ ਪਹਿਲਾਂ ਰਿਹਾ ਕਰਵਾ ਸਕਦੇ, ਜਦੋਂ ਇਹਨਾਂ ਦਾ ਅਲਾਇੰਸ ਬੀਜੇਪੀ ਦੇ ਨਾਲ ਤੇ ਬਕਾਇਦਾ ਤੌਰ ਤੇ ਅਕਾਲੀ ਦਲ ਸੀ ਕਰਵਾ ਸਕਦੇ ਸੀ, ਪਹਿਲਾਂ ਇਹਨਾਂ ਗੌਰ ਨਹੀਂ ਫਰਮਾਇਆ। ਲੇਕਿਨ ਬਾਅਦ ਦੇ ਵਿੱਚ ਜਦੋਂ ਇਹ ਸੀ ਜ਼ੋਰ ਮੰਗ ਫੜਨ ਲੱਗੀ ਤੇ ਫਿਰ ਕੈਸ਼ ਕਰਨ ਦੀ ਗੱਲ ਹੋ ਜਾਂਦੀ ਵੀ ਅਸੀਂ ਕੈਸ਼ ਕਰੀਏ ਜੀ। ਅੱਜ ਸਰਦਾਰ ਹਰਜਿੰਦਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਥੋਂ ਸਟੇਜ ਤੋਂ ਇੰਨੀ ਗੱਲ ਕੀ, ਬਾਦਲ ਸਾਹਿਬ ਦੀ ਕਾਹ ਸੀ ਵੀ ਇਹ ਬੰਦੀ ਸਿੰਘ ਰਿਹਾ ਹੋ ਜਾਂਦੇ ਤੇ ਨਹੀਂ ਹੋ ਸਕੇ ਜੀ। ਅਸੀਂ ਗ੍ਰਹਿ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਪਹਿਲੀ ਗੱਲ ਤੇ ਅਸੀਂ ਕਿੰਨੀ ਵਾਰੀ ਸਮਾਂ ਮੰਗ ਚੁੱਕੇ, ਸਾਨੂੰ ਸਮਾਂ ਨਹੀਂ ਦਿੱਤਾ ਗਿਆ ਜੀ। ਦੂਸਰੀ ਚੀਜ਼, ਜੇ ਵਾਕਿਆ ਤੁਸੀਂ ਬਾਦਲ ਸਾਹਿਬ ਦੀ ਇੱਜ਼ਤ ਕਰਦੇ ਹੋ, ਉਹਨਾਂ ਨੂੰ ਸਮਰਪਿਤ ਹੋ, ਤੁਸੀਂ ਸ਼ਰਧਾਂਜਲੀ ਭੇਟ ਕਰਨੇ ਹੋ, ਤੇ ਫਿਰ ਉਹਨਾਂ ਦੀ ਜਿਹੜੀ ਆਖਰੀ ਖਾਹਿਸ਼ ਉਹ ਜ਼ਰੂਰ ਪੂਰੀ ਕਰੋ ਜੀ। ਦੂਸਰੀ ਚੀਜ਼ ਜਿਹੜੀ ਗੱਲ ਉਹਨਾਂ ਗਲਤ ਕੀਤੀ, ਇੱਕ ਸ਼ਰਧਾਂਜਲੀ ਸਮਾਗਮ ਜੀ, ਉੱਥੇ ਕੁਛ ਸਾਰੇ ਨਹੀਂ, ਕੁਛ ਜਿਹੜੇ 2-4 ਬੰਦੇ ਨਿੱਜੀ ਰਸੂਖ ਵਾਲੇ ਸੀ, ਸਚਿਨ ਪਾਇਲਟ ਬੈਠਾ ਸੀ ਉੱਥੇ ਬਕਾਇਦਾ ਤੌਰ ਤੇ, ਜਸਵੀਰ ਸਿੰਘ ਡਿੰਪਾ ਬੈਠਾ ਸੀ, 1-2 ਬੰਦੇ ਹੋਰ ਬੈਠੇ ਸੀ ਕਾਂਗਰਸ ਦੇ ਜੀ। ਉਹਨਾਂ ਨੇ ਹੁੰਦਿਆਂ ਤੁਸੀਂ ਇੰਨੀ ਗੱਲ ਕਹਿ ਦਿਓ ਕਿ ਸਰਦਾਰ ਬਾਦਲ ਆਉਂਦੇ ਸੀ, ਮੇਰੀ ਕਾਂਗਰਸ ਨਾਲ ਮੈਨੂੰ ਬਹੁਤ ਨਫ਼ਰਤ ਹੈ, ਮੇਰੀ ਇਹਨਾਂ ਬਿਲਕੁਲ ਨਹੀਂ ਬਣਦੀ, ਮੈਂ ਇਹਨਾਂ ਦੇ ਖਿਲਾਫ਼ ਹਾਂ ਜੀ। ਇਹ ਗੱਲ ਕਹਿਣੀ ਮਾੜੀ ਗੱਲ ਸੀ, ਗੱਲ ਨਹੀਂ ਸੀ ਕਹਿਣੀ ਸੀ ਇਹਨਾਂ ਨੂੰ ਜੀ। ਚਲੋ ਖੈਰ, ਨਾਲ ਉਹਨਾਂ ਕਿਹਾ ਜੀ ਇੱਕ ਮੈਂ ਲੈਟਰ ਲਿਖੀ ਆ, ਉਹ ਮੈਂ ਗ੍ਰਹਿ ਮੰਤਰੀ ਸਾਹਿਬ ਜਾਣ ਲੱਗਿਆ ਦੇ ਦੂੰਗਾ, ਉਹ ਲੈ ਜਾਣ ਤੇ ਪੜ੍ਹ ਲੈਣ 'ਚ ਕੀ ਲਿਖਿਆ ਵਾ ਜੀ। ਲੇਕਿਨ ਗ੍ਰਹਿ ਮੰਤਰੀ ਨੇ ਆਪਣੀ ਸਪੀਚ ਦੇ ਵਿੱਚ ਬੰਦੀ ਸਿੰਘਾਂ ਬਾਰੇ ਤੇ ਇੱਕ ਵੀ ਗੱਲ ਨਹੀਂ ਕੀਤੀ ਜੀ। ਅੱਗੇ ਤੁਸੀਂ ਆਪ ਸੰਕੇਤ ਸਮਝ ਸਕਦੇ ਹੋ ਕਿ ਉਹਨਾਂ ਦਾ ਸੰਕੇਤ ਕੀ ਹੈਗਾ ਜੀ। ਜਦੋਂ ਜੇ ਉਹਨਾਂ ਨੇ ਮੰਗ ਕੀਤੀ ਸੀ ਜੇ ਕਿਹੜਾ ਮਾੜਾ ਮੋਟਾ ਗੱਲ ਕਰਨੀ ਤੇ ਅਸੀਂ ਵਿਚਾਰ ਕਰਾਂਗੇ ਤੇ ਕਹਿ ਸਕਦੇ ਸੀ, ਲੇਕਿਨ ਉਹਨਾਂ ਨਹੀਂ ਕੀਤੀ, ਜਾਂ ਤਾਂ ਉਹਨਾਂ ਗੁੱਸਾ ਕੀਤਾ ਵੀ ਇਸ ਮੌਕੇ ਤੇ ਕਿਉਂ ਗੱਲ ਕਹੀ ਗਈ ਹੈ ਜੀ। ਬਿਲਕੁਲ। ਦੂਸਰੀ, ਕਾਂਗਰਸ ਜਿਹੜੀ ਵਿਰੋਧਤਾ ਵਾਲੀ ਗੱਲ ਉਹ ਗਈ ਕਹੀ ਵੀ ਬਾਦਲ ਸਿੰਘ ਨੇ ਮੇਰੀ ਕਾਂਗਰਸ ਨਾਲ ਕਦੀ ਵੀ ਏਕਤਾ ਨਹੀਂ ਹੋ ਸਕਦੀ ਜੀ, ਇਹ ਗੱਲਾਂ ਕਰਨ ਵਾਲੀਆਂ ਨਹੀਂ ਸੀਗੀਆਂ। ਸਰਦਾਰ ਬਾਦਲ ਨੇ 1957 ਦੇ ਵਿੱਚ ਪਹਿਲੀ ਚੋਣ, ਜਦੋਂ ਪਹਿਲੀ ਵਾਰੀ MLA ਬਣਦੇ, ਉਹ ਕਾਂਗਰਸ ਦੇ ਚੋਣ ਨਿਸ਼ਾਨ ਤੇ ਬਣਦੇ ਨੇ ਜੀ। ਇਸ ਕਰਕੇ ਇਹਨਾਂ ਆਪਣੇ ਕੋਲੋਂ ਗਈਆਂ ਜਾਂ ਉਹਨਾਂ ਨੇ ਕਹੀਆਂ। ਚਲੋ, ਅਗਲੀ ਗੱਲ ਵੀ ਦੱਸ ਦਿਓ, ਤੁਸੀਂ ਕਿਹਾ ਵੀ 1.5 ਘੰਟਾ ਮੇਰੀ ਮੀਟਿੰਗ ਹੋਈ ਉਹਨਾਂ ਨਾਲ ਬੰਦ ਕਮਰੇ 'ਚ, ਤੇ ਉਹਨਾਂ ਆਹ ਬੰਨਾ ਗੱਲਾਂ ਕੀਤੀਆਂ ਤੇ ਮੈਂ ਤੁਹਾਨੂੰ ਦੱਸ ਰਿਹਾ ਵਾਂ ਜੀ। ਅਗਲੀ ਗੱਲ ਵੀ ਦੱਸ ਦਿਓ, ਜਿਹੜੀ ਗੱਲ ਤੁਸੀਂ ਦੱਸੀ ਸੀ ਉਹਨਾਂ ਨੂੰ ਜੀ, ਇਹਨਾਂ ਨੇ ਕਿਹਾ ਸੀ ਵੀ ਤੁਹਾਡੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਅਸੀਂ ਨਹੀਂ ਚੱਲ ਸਕਦੇ, ਇਹ ਆਪਣੀਆਂ ਮਨਮਾਨੀਆਂ ਕਰਦਾ।
ਆ ਕਰਕੇ ਸਾਨੂੰ ਕੋਈ ਸੰਕਟ ਚ ਪਾ ਦਿੰਦਾ ਵਾ ਜੀ। ਤੇ ਉਦੋਂ ਬਾਦਲ ਸਾਹਿਬ ਨੇ ਕਿਹਾ ਸੀ ਵੀ ਐਡਵੋਕੇਟ ਸਾਹਿਬ ਚੁੱਪ ਕਰ ਰਹੋ, ਕੋਈ ਗੱਲ ਨੀ, ਕੋਈ ਸੂਟੇਬਲ ਬੰਦਾ ਲੱਭੂਗਾ ਤੇ ਆਪਾਂ ਫਿਰ ਬਦਲਾਂਗੇ, ਇਹਨੂੰ ਕੋਈ ਗੱਲ ਨੀ, ਉਹਦੀ ਗੱਲ ਦੱਸੀ ਨੀ, ਬਾਕੀ ਦੱਸਦੀ ਆ। ਇਸ ਕਰਕੇ ਜਿਹੜਾ ਵਾ ਇਹ ਇਹਨਾਂ ਚਿੱਠੀ ਜਿਹੜੀ ਦੇਣ ਦੀ ਗੱਲ ਕੀਤੀ ਸੀ, ਇਹ ਮੰਗ ਕਰਨ ਦੀ ਗੱਲ ਕੀਤੀ ਸੀ ਕਾਂਗਰਸ ਦੇ ਜਿਹੜੇ ਖਿਲਾਫ਼ ਗੱਲ ਕਰਨ ਦੀ, ਇਹ ਗੱਲ ਗਲਤ ਸੀਗੀ। ਔਰ ਇਸ ਗੱਲ ਦਾ ਅਫਸੋਸ ਵੀ ਰਿਹਾ, ਉੱਥੇ ਜਿਹੜੇ ਇਹਨਾਂ ਦੇ ਨਾਮੀ ਗ੍ਰਾਮੀ ਜਿਹੜੇ ਸੀ ਪਹਿਲਾਂ ਬਾਦਲ ਸਾਹਿਬ ਦੇ ਨਾਲ ਲੀਡਰ ਦੇ, ਉਹ ਨਹੀਂ ਆਏ ਜੀ। ਕੈਪਟਨ ਅਮਰਿੰਦਰ ਸਿੰਘ ਨੂੰ ਆਉਣਾ ਚਾਹੀਦਾ ਸੀਗਾ, ਬਕਾਇਦਾ ਤੌਰ ਤੇ ਢੀਂਡ ਸਿੰਘ ਨੂੰ ਆਉਣਾ ਚਾਹੀਦਾ ਸੀ, ਸਤਿਗੁਰ ਗੱਲ ਬੀਬੀ ਜਗੀਰ ਕੌਰ ਨੂੰ ਆਉਣਾ ਚਾਹੀਦਾ ਸੀ, ਕੋਈ ਨੀ ਆਇਆ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਜੀ। ਕਾਂਗਰਸ ਨੂੰ ਛੱਡ ਦਿਓ, ਚਲੋ ਨਹੀਂ ਆਏ ਤੇ ਵੱਖਰੀ ਗੱਲ ਆ, ਆਮ ਆਦਮੀ ਪਾਰਟੀ ਛੱਡ ਦਿਓ ਨਹੀਂ ਆਏ ਵੱਖਰੀ ਗੱਲ ਆ, ਬੀਜੇਪੀ ਵਾਲਿਆਂ ਦਾ ਇਹਨਾਂ ਦਾ ਪੁਰਾਣਾ ਨਾਤਾ ਹੈਗਾ ਸੀ ਜਿਹਦੇ ਕਰਕੇ ਉਹ ਆਏ ਤੇ ਸਾਡੇ ਪੱਤਰਕਾਰ ਨਾਲ ਹੀ ਚਰਚਾਵਾਂ ਸ਼ੁਰੂ ਕਰ ਦਿੰਦੇ ਜੀ, ਵੇਖੋ ਜੀ ਏਕਤਾ ਦੀ ਗੱਲ ਚੱਲ ਪਈ ਜੀ, ਫਲਾਣ ਹੋ ਗਿਆ ਜੀ, ਢੀਂਗ ਹੋ ਗਿਆ ਜੀ, ਇਹੋ ਜਿਹੀ ਗੱਲਾਂ ਕਰਨੀਆਂ ਸ਼ੋਭਦੀਆਂ ਨੇ ਇਸ ਸ਼ਰਧਾਂਜਲੀ ਸਮਾਗਮ ਤੇ ਜੀ। ਭੱਟੀ ਸਾਹਿਬ, ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦਾ ਕਥਿਤ ਦੋਸ਼ੀ ਕਹਿੰਦੇ ਪੁਲਿਸ ਨੇ ਇੱਕ ਰਿਜ਼ੋਰਟ ਵਿੱਚੋਂ ਗ੍ਰਿਫਤਾਰ ਕਰ ਲਿਆ, ਕੌਣ ਆ ਉਹ ਦੋਸ਼ੀ, ਕੀ ਹੈ ਜੀ ਇਹ ਲੇਟੈਸਟ ਅਪਡੇਟ? ਇਹ ਵੇਖੋ ਜੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਵੀ ਬਕਾਇਦਾ ਤੌਰ ਤੇ ਸੰਦੀਪ ਅੰਬੀਆਂ ਜਿਹੜਾ ਸੀ ਇਹ ਬਕਾਇਦਾ ਤੌਰ ਤੇ ਕਬੱਡੀ ਦਾ ਬੜਾ ਤੁਕਾ ਇੰਟਰਨੈਸ਼ਨਲ ਜਾਪੀ ਸੀ ਤੇ 2007 ਦੇ ਵਿੱਚ ਜਾ ਕੇ ਯੂਕੇ ਸੈੱਟ ਹੋ ਗਿਆ ਸੀ ਜੀ। 14 ਮਾਰਚ ਬਕਾਇਦਾ ਤੌਰ ਤੇ ਇੱਕ ਪਿੰਡ ਹੈਗਾ ਵਾ ਮਲੀਆ ਖਾਰ ਖੁਰਦ, ਇਹ ਜਲੰਧਰ ਦੇ ਨੇੜੇ ਪੈਂਦਾ ਤੇ ਇਹਦਾ ਪਿੰਡ ਵੀ ਨਕੋਦਰ ਦੇ ਕੋਲੇ ਜਿਹੜਾ ਵਾ ਅੰਬੀਆਂ ਜੀ, ਜਿਹੜਾ ਪਿੰਡ ਪੈਂਦਾ ਵਾ ਮੰਗਲ ਅੰਬੀਆਂ, ਉਹ ਵੀ ਸ਼ਾਹਕੋਟ ਦੇ ਕੋਲ ਪੈਂਦਾ ਜੀ। ਉਸ ਟੂਰਨਾਮੈਂਟ ਦੇ ਵਿੱਚ ਇਹ ਭਾਗ ਲੈਣ ਆਇਆ ਸੀ, ਕਈ ਕਬੱਡੀ ਦੀਆਂ ਲੀਗ ਵੀ ਚਲਾ ਚੁੱਕਾ ਤੇ ਉੱਥੇ ਬਕਾਇਦਾ ਤੌਰ ਤੇ ਜਦੋਂ ਟੂਰਨਾਮੈਂਟ ਖਤਮ ਹੋਣ ਤੋਂ ਇਹ ਬਾਹਰ ਆ ਰਿਹਾ ਸੀ ਤੇ 20 ਰਾਊਂਡ ਚੱਲੇ ਸੀ ਤੇ 3 ਆ ਕੇ ਜਿਹੜੇ ਸੀ ਸ਼ੂਟਰ ਉਹ ਗੋਲੀਆਂ ਮਾਰ ਕੇ ਚਲੇ ਗਏ ਸੀ ਜੀ। ਉਹਨਾਂ ਦੀ ਪਤਨੀ ਵੀ ਕਈ ਵਾਰੀ ਕਹਿ ਚੁੱਕੀ ਆ, ਜਿਹੜਾ ਇਹ ਸੁਰਜਨ ਚੱਠਾ ਵਾ ਇਹਦੇ ਬਾਰੇ ਕਹਿ ਚੁੱਕੀ ਆ ਤੇ ਸਾਡੇ ਪਰਿਵਾਰ ਦਾ ਇਹ ਵੀ ਦੁਖੀ ਆ, ਇਹ ਵੀ ਇੱਕ ਜਿਹੜਾ ਕਾਤਲਾ ਸ਼ਾਮਿਲ ਹੈਗਾ। ਇਹਦੇ ਬਾਰੇ ਇਹ ਚਰਚਾ ਚੱਲ ਰਹੀ ਆ ਵੀ ਸੁਰਜਨ ਚੱਠਾ ਨੂੰ ਇੱਕ ਰਿਜ਼ੋਰਟ ਦੇ ਵਿੱਚੋਂ ਆ ਜਿਹੜੀ ਸੀ ਗੁਪਤ ਸੂਚਨਾ ਮਿਲ ਤੇ ਪੁਲਿਸ ਨੇ ਗ੍ਰਿਫਤਾਰ ਕੀਤਾ, ਉਹ ਵੀਡੀਓ ਵੀ ਕਹਿੰਦੇ ਸੋਸ਼ਲ ਮੀਡੀਆ ਤੇ ਹੈਗੀ ਆ, ਜੇ ਗ੍ਰਿਫਤਾਰ ਕੀਤਾ ਤੇ ਚੰਗੀ ਗੱਲ ਆ ਜੀ, ਕਿਉਂਕਿ ਉਹ ਅਜੇ ਤੱਕ ਇਹਦਾ ਕੋਈ ਖਾਸ ਜਿਹੜਾ ਬੰਦਾ ਬੰਦੇ ਗ੍ਰਿਫਤਾਰ ਕੀਤੇ ਸ਼ੱਕ ਚ ਕੀਤੇ ਕੋਈ ਬੰਦਾ ਇਹਦਾ ਜਿਹੜਾ ਕਾਤਲ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਦੋਂ ਵੀ ਜਿਹੜਾ ਸੀ ਕਾਫੀ ਹੱਦ ਤੱਕ ਜਿਹੜਾ ਰੌਲਾ ਪਿਆ ਸੀ ਵੀ ਤੁਸੀਂ ਸੰਦੀਪ ਅੰਬੀਆਂ ਦਾ ਕੁਛ ਨਹੀਂ ਕੀਤਾ ਤੇ ਸਿੱਧੂ ਮੂਸੇਵਾਲਾ ਦਾ ਤੁਸੀਂ ਕੀ ਕਰੋਗੇ ਜੀ, ਉਹਦੇ ਵੀ ਕੁਛ ਬੰਦੇ ਗ੍ਰਿਫਤਾਰ ਕੀਤੇ ਸੀਗੇ, ਹੁਣ ਇਹਦੇ ਬਾਰੇ ਗ੍ਰਿਫਤਾਰ ਕੀਤਾ ਗਿਆ। ਦੇਖੋ ਸਾਡੇ ਕੋਲ ਬੜੇ ਵੱਡੇ ਜਰਨੈਲ ਹੁੰਦੇ ਸੀ ਕਬੱਡੀ ਚ ਜੀ, ਤੁਸੀਂ ਹਰਜੀਤ ਸਿੰਘ ਬਾਜਾ ਖਾਨਾ ਨਾਂ ਸੁਣਿਆ ਹੋਣਾ ਇੱਕ ਪਲੇਅਰ, ਬਿਲਕੁਲ ਹਰਜੀਤ ਸਿੰਘ ਬਾਜਾ ਖਾਨਾ ਪਾਕਿਸਤਾਨ ਦੇ ਵਿੱਚ ਕਬੱਡੀ ਖੇਡਣ ਗਿਆ ਸੀ ਤੇ ਜਿਹੜਾ ਪਾਕਿਸਤਾਨ ਪੰਜਾਬ ਦਾ ਹੈਗਾ ਸੀ ਨਾ ਮੁੱਖ ਮੰਤਰੀ ਜੀ, ਉਹਨੇ ਐਲਾਨ ਕੀਤਾ ਸੀ ਵੀ ਸਾਡਾ ਜਿਹੜਾ ਪਲੇਅਰ ਵੀ ਇਹਨੂੰ ਫੜੂਗਾ ਜਿਹੜਾ ਵੀ ਜੱਫਾ ਮਾਰ ਕੇ ਟਾਊਗਾ ਉਹਨੂੰ 1 ਲੱਖ ਰੁਪਇਆ 1 ਜੱਫੇ ਦਾ ਦਿੱਤਾ ਜਾਊਗਾ ਜੀ, ਤੇ ਹਰਜੀਤ ਬਾਜਾ ਖਾਨਾ ਫੜਿਆ ਨਹੀਂ ਸੀ ਜੀ, ਗਿਆ ਜਿਹੜੇ ਉਹ ਰੇਡ ਤੇ ਜਾਂਦਾ ਸੀ ਉਹ ਆਪਣਾ ਜਿਹੜਾ ਕੰਮ ਕਰਕੇ ਆਉਂਦਾ ਸੀ ਜੀ। ਮੁੜ ਕੇ ਰੋਪੜ ਦੇ ਕੋਲੇ ਇੱਕ ਐਕਸੀਡੈਂਟ ਦੇ ਵਿੱਚ ਜਿਹੜਾ ਸੀ ਹਰਜੀਤ ਬਾਜਾ ਖਾਨਾ ਤੇ ਹੋਰ ਸਾਥੀਆਂ ਦੀ ਡੈਥ ਹੋ ਗਈ ਸੀ ਤੇ ਉਸ ਟਾਈਮ ਤੇ ਕਾਫੀ ਸੋਗ ਬਣਾਇਆ ਸੀ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਇੱਕ ਬੜਾ ਤਕੜਾ ਆਪਣਾ ਜਿਹੜਾ ਹੀਰਾ ਖੋ ਚੁੱਕੇ ਹਾਂ। ਇਸ ਕਰਕੇ ਜੇ ਸਾਡੇ ਨੌਜਵਾਨ ਖੇਡਾਂ ਵਾਲੇ ਪਾਸੇ ਪੈਣਗੇ ਕਬੱਡੀ ਵਾਲੇ ਪਾਸੇ ਪੈਣਗੇ ਚੰਗੀ ਗੱਲ, ਲੇਕਿਨ ਜਿਹੜਾ ਸੰਦੀਪ ਅੰਮੀਆਂ ਦਾ ਕਾਤਲ ਆ ਉਹ ਅਜੇ ਤੱਕ ਜਿਹੜਾ ਵਾ ਉਹ ਉਜਾਗਰ ਨਹੀਂ ਹੋਇਆ, ਉਹਦੇ ਕਾਤਲ ਨਹੀਂ ਫੜੇ ਗਏ, ਉਹਦੇ ਵਿੱਚ ਪੁਲਿਸ ਕਿਉਂ ਨਹੀਂ ਕਾਰਵਾਈ ਕਈ ਇਹਦੇ ਪਤਾ ਨਹੀਂ, ਲੇਕਿਨ ਅੱਜ ਇਸ ਗੱਲ ਦਾ ਪਤਾ ਲੱਗਾ ਹੈ ਕਿ ਰਿਜ਼ੋਰਟ ਦੇ ਵਿੱਚ ਉਹਨੇ ਸੁਰਜਨ ਚੱਠਾ ਵਾ ਉਹ ਫੜਿਆ ਗਿਆ ਵਾ। ਅੱਗੇ ਵੇਖੋ ਅਜੇ ਤੱਕ ਤਾਂ ਉਹਨਾਂ ਨੇ ਜਿਹੜਾ ਸੀ ਕੋਈ ਪੁਲਿਸ ਨੇ ਕੋਈ ਆਪਣੀ ਜਾਣਕਾਰੀ ਨਹੀਂ ਦਿੱਤੀ, ਇਹ ਤਾਂ ਲੋਕਾਂ ਕੋਲ ਜਾਣਕਾਰੀ ਮਿਲੀ ਹੈ ਜੀ। ਪੱਟੀ ਸਾਹਿਬ, ਇੱਕ ਦਿੱਲੀ ਤੋਂ ਖਬਰ ਆ ਰਹੀ ਹੈ, ਯੂਪੀ ਦਾ ਇੱਕ ਅਨਿਲ ਦੁਜਾਨਾ ਨਾਂ ਦਾ ਕੁਖਿਆਤ ਗੈਂਗਸਟਰ ਆ ਜਿਹੜਾ ਯੂਪੀ ਐਸਟੀਐਫ ਨੇ ਢੇਰ ਕਰਤਾ ਜੀ, 62 ਕੇਸ ਕਹਿੰਦੇ ਉਹ ਚੱਲਦੇ ਸੀ, ਕੀ ਹੈ ਜੀ ਪੂਰਾ ਮਾਮਲਾ? ਦੇਖੋ ਯੂਪੀ ਪੁਲਿਸ ਨੇ ਪਿਛਲੇ 6 ਸਾਲਾਂ ਦੇ ਵਿੱਚ ਜਿਹੜੀ ਐਸਟੀਐਫ ਹੈ ਇਹਨਾਂ 184 ਐਨਕਾਊਂਟਰ ਕੀਤੇ ਜੀ, 100 ਐਨਕਾਊਂਟਰ ਕੀਤੇ ਆ, ਤੇ ਇਹ ਜਿਹੜੀ ਯੂਪੀ ਪੁਲਿਸ ਆ ਇਹ ਜਿਹੜਾ ਹੈਗਾ ਅਨਿਲ ਦੁਜਾਨਾ ਜੀ, ਇਹ ਦੁਜਾਨਾ ਪਿੰਡ ਨੋਇਡਾ ਦੇ ਕੋਲ ਪੈਂਦਾ ਵਾ ਤੇ ਇਹ ਉੱਥੋਂ ਦਾ ਭਗੌੜਾ, 36 ਸਾਲ ਦੀ ਉਮਰ ਆ ਤੇ ਇਹ ਪਿਛਲੇ 2012 ਤੋਂ ਲੈ ਕੇ 2021 ਤੱਕ ਜੇਲ੍ਹ ਚ ਰਿਹਾ ਸੀ, ਮੁੜ ਕੇ ਜ਼ਮਾਨਤ ਤੇ ਬਾਹਰ ਆਇਆ ਸੀ ਜੀ।
ਇਹਨੇ ਆ ਕੇ ਜਿਹੜਾ ਜੈਚੰਦ ਮਾਰਿਆ ਸੀ ਉਹਦੀ ਪਤਨੀ ਜਿਹੜੀ ਆ ਉਹ ਗੁਆ ਵਾ ਸੁਨੀਤਾ ਜੀ ਉਹਨੂੰ ਵੀ ਆ ਕੇ ਧਮਕੇ ਤੋਂ ਦਿੱਤੀ ਸੀਗੀ ਤੇ ਉਹ ਵੀ ਬਿਚਾਰੇ ਆਪਣੇ ਆਪ ਨੂੰ ਜਿਹੜੀ ਸੀ ਲੁਕਸ਼ਮੀ ਗੁਜ਼ਾਰਾ ਕਰਦੇ ਸੀ ਸਾਨੂੰ ਇਹਨੇ ਮਾਰਨ ਦੇਵੇ ਸਾਨੂੰ ਕਿਤੇ ਜੀ ਇਹ ਹੁਣ ਆਪਣੇ ਪਿੰਡ ਜਿਹੜਾ ਆਪਣੇ ਸਹੁਰੇ ਜਾ ਰਿਹਾ ਸੀ ਸਕਾਰਪੀਓ ਗੱਡੀ ਦੇ ਉੱਤੇ ਪੁਲਿਸ ਨੂੰ ਲੱਭ ਰਹੀ ਸੀ ਐਸ ਟੀ ਲੱਭ ਰਹੀ ਸੀ ਪੁਲਿਸ ਯੂਪੀ ਪੁਲਿਸ ਜੀ ਇਹਦੀ ਇਨਫੋਰਮੇਸ਼ਨ ਮਿਲੀ ਵੀ ਇਸ ਗੱਡੀ ਦੇ ਵਿੱਚ ਸਕਾਰਪੀਓ ਚਿੱਟੇ ਰੰਗ ਦੀ ਗੱਡੀ ਤੇ ਇਸ ਨੰਬਰ ਦੀ ਹੈ ਤੇ ਇਹ ਉਹਦੇ 'ਚ ਜਾ ਰਿਹਾ ਵਾ ਉਹ ਜਦੋਂ ਪੁਲਿਸ ਨੇ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਐਸ ਟੀ ਐਫ ਨੇ ਤੇ ਇਹਨਾਂ ਗੋਲੀ ਚਲਾ ਦਿੱਤੀ ਫਿਰ ਦੋਵਾਂ ਦੀ ਗੋਲੀ ਆਪਸ ਨਾਲ ਚੱਲੀ ਤੇ ਫਿਰ ਇਹਨੂੰ ਢੇਰ ਕਰ ਦਿੱਤਾ ਗਿਆ ਇਹਦਾ ਜਿਹੜਾ ਅਸੀਂ ਏਰੀਆ ਯੂਪੀ ਦਿੱਲੀ ਰਾਜਸਥਾਨ ਤੇ ਹਰਿਆਣਾ ਏਰੀਆ ਸੀ ਜਿੱਥੇ ਦਾ ਕਾਫੀ ਖੌਫ ਸੀ ਦੁਜਾਨਾਂ ਦਾ ਦੁਜਾਨਾ ਪਿੰਡ ਆ ਨੋਇਡਾ ਲਾਗੇ ਜਿੱਥੋਂ ਦਾ ਰਹਿਣ ਵਾਲਾ ਸੀ ਇਹ ਤੇ ਬੁਲੰਦਸ਼ਹਿਰ ਦੀ ਪੁਲਿਸ ਨੇ ਇਹਦਾ 25,000 ਰੁਪਏ ਨਾਮ ਰੱਖਿਆ ਸੀ ਤੇ ਨੋਇਡਾ ਨੇ 50,000 ਰੱਖਿਆ ਸੀ 75,000 ਇਹ ਨਾਮੀ ਜਿਹੜਾ ਇਸ ਮੁਜਰਮ ਸੀ ਗੈਂਗ ਸੀ ਜਿਹੜਾ ਸੰਦੀਪ ਭਾਟੀ ਹੈ ਇੱਕ ਜੀ ਉਸ ਗੈਂਗ ਨਾਲ ਵੀ ਕਾਫੀ ਲੱਗਦੀ ਸੀ ਉੱਥੇ ਵੀ ਇਹਨਾਂ ਦੀ ਅਫਸਰ ਗੋਲੀ ਗਾਲੀ ਕਈ ਵਾਰੀ ਚੱਲਦੀ ਰਹੀ ਸੀ ਤੇ ਹੁਣ ਵੀ ਇਹ ਉਹਨਾਂ ਦੀ ਭਾਲ ਕਰ ਰਿਹਾ ਸੀ ਕਿਸੇ ਤਰੀਕੇ ਨਾਲ ਮੈਨੂੰ ਮਿਲ ਜਾਣ ਤੇ ਮੈਂ ਪਿਛਲਾ ਬਦਲਾ ਨੂੰ ਲੈ ਲਵਾਂ ਜੀ ਇਹਦੇ ਉੱਤੇ ਸਭ ਤੋਂ ਪਹਿਲਾ ਜਿਹੜਾ ਮੁਕਦਮਾ ਵਾ 2002 ਦੇ ਵਿੱਚ ਗਾਜ਼ੀਆਬਾਦ ਦਰਜ ਹੋਇਆ ਸੀ ਕਤਲ ਦਾ ਮੁਕਦਮਾ ਇਹਦੇ ਵਿੱਚ ਜੀ ਤੇ ਹੁਣ ਇਹ ਜਿਹੜਾ ਸੀ ਜ਼ਮਾਨਤ ਦੇ ਬਾਹਰ ਜ਼ਮਾਨਤ ਦੇ ਬਾਹਰ ਆਇਆ ਸੀਗਾ ਤੇ ਹੁਣ ਇਹ ਮਾਰਿਆ ਗਿਆ ਵਾ ਇਹਦੇ ਉੱਤੇ 18 ਮਰਡਰ ਕੇਸ ਤੇ 62 ਟੋਟਲ ਕੇਸ ਦਰਜ ਸਨ ਜਿਹੜੇ ਇੰਨੇ ਇੰਨੇ ਕੇਸਾਂ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਤੇ ਤੁਸੀਂ ਕੋਈ ਨਾ ਤੁਹਾਨੂੰ NSA ਲੱਭਦੀ ਹੈ ਤੇ ਨਾ ਕੋਈ ਹੋਰ ਧਾਰਾ ਲੱਭਦੀ ਹੈ ਜੀ ਤੇ ਜਿਹਨਾਂ ਤੇ ਕੇਸ ਕੋਈ ਨੀ ਉਹਨਾਂ ਤੇ NSA ਲੱਭਦੇ ਨੇ ਸਿਰਫ ਉਹਨਾਂ ਦੇ ਸਿਰ ਤੇ ਪਗੜੀ ਇਸ ਕਰਕੇ ਜੀ ਪਟੀ ਸਾਹਿਬ ਬੜਾ ਅਹਿਮ ਸਵਾਲ ਆ ਜਿਹੜਾ ਮੀਡੀਆ ਦੀ ਆਜ਼ਾਦੀ ਦਾ ਤੇ ਭਾਰਤ ਦੀ ਹਾਲਤ ਬੜੀ ਨਿਘਾਰ ਵੱਲ ਨੂੰ ਆ 180 ਦੇਸ਼ਾਂ 'ਚੋਂ 161ਵੇਂ ਨੰਬਰ 'ਤੇ ਆਪਾਂ ਪਹੁੰਚ ਗਏ ਹਾਂ ਮੀਡੀਆ ਦੀ ਆਜ਼ਾਦੀ ਸਵਤੰਤਰ ਮੀਡੀਆ ਜਿਹੜਾ ਉਹਨੂੰ ਕਿਵੇਂ ਦੇਖਦੇ ਹੋ ਕਿੱਧਰ ਨੂੰ ਜਾ ਰਿਹਾ ਵੇਖੋ ਜਦੋਂ ਬਕਾਇਦਾ ਤੌਰ 'ਤੇ ਸੈਕਿੰਡ ਵਰਲਡ ਵਾਰ ਲੱਗੀ ਆ ਜੀ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਜਿਹੜਾ ਸੀ ਆਪਣਾ ਹਿਟਲਰ ਜਰਮਨੀ ਦਾ ਤੇ ਮੁਸੋਲਿਨੀ ਇਟਲੀ ਦਾ ਇਹ ਦੋਵੇਂ ਡਿਕਟੇਟਰ ਸੀ ਤੇ ਇਹਨਾਂ ਮੀਡੀਆ ਦੀ ਰੱਜ ਕੇ ਦੁਰਵਰਤੋਂ ਕੀਤੀ ਉਹ ਧਮਕਾ ਕੇ ਕੀਤੀ ਹੈ ਦਬਕਾ ਕੇ ਕੀਤੀ ਹੈ ਜੇ ਕਿਸੇ ਕਿਤੇ ਰੱਜ ਕੇ ਦੁਰਵਰਤੋਂ ਕੀਤੀ ਜੀ ਉਸ ਵਰਲਡ ਵਾਰ ਤੋਂ ਬਾਅਦ ਜਿਹੜੀ ਆ ਇੱਕ ਨਵੀਂ ਜਥੇ ਬਣਦੀ ਆ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹਨੂੰ ਅੱਜ ਕੱਲ੍ਹ UN ਕਹਿ ਦਿੰਦੇ ਆਪ ਜੀ ਜੀ ਉੱਥੇ ਉਹਨਾਂ ਜੋ ਸਰਵੇ ਕੀਤਾ ਵੀ ਇਸ ਮੀਡੀਆ ਦੀ ਦੁਰਵਰਤੋਂ ਹੋ ਰਹੀ ਆ ਅਮੈਰੀਕਾ ਵੀ ਕਰਦਾ ਵਾ ਰਸ਼ੀਆ ਵੀ ਕਰਦਾ ਵਾ ਇਹਦੇ ਵਿੱਚ ਤੇ ਇੰਤਹਾ ਹੋ ਗਈ ਮੁਸੋਲਿਨੀ ਦੀ ਹਿਟਲਰਵਾਦੀ ਇਹਨਾਂ ਨੇ ਫਿਰ ਇੱਕ ਦਿਨ ਰੱਖਿਆ ਜਿਹੜਾ ਪੱਤਰਕਾਰਾਂ ਦੀ ਆਜ਼ਾਦੀ ਦਿਵਸ ਜਿਹਨੂੰ ਕਹਿੰਦੇ ਆ ਉਦੋਂ ਮੀਡੀਆ ਦਾ ਅਫਸਰ ਨਹੀਂ ਸੀਗਾ ਉਦੋਂ ਪੱਤਰਕਾਰ ਹੁੰਦੇ ਸੀ ਤੇ ਪੱਤਰਕਾਰਾਂ ਦੀ ਆਜ਼ਾਦੀ ਦਿਵਸ ਕੀਤੀ ਸੀ ਉਹਨਾਂ 3 May 1948 ਨੂੰ ਪਹਿਲੀ ਵਾਰੀ ਮਨਾਈ ਗਈ ਸੀਗੀ ਉੱਥੇ ਫਿਰ ਜਿਹੜੇ ਲੋਕ ਆਉਂਦੇ ਸੀਗੇ ਆਪਣੀ ਗੱਲ ਕਰਦੇ ਸੀ ਸਪੀਚ ਕਰਦੇ ਸੀ ਇਹਦੇ ਉੱਤੇ ਕਈ ਕਈ ਸੈਮੀਨਾਰ ਹੁੰਦੇ ਸੀਗੇ ਤੇ ਪਹਿਲਾ ਸੈਮੀਨਾਰ ਵੀ ਮੇਰੇ ਖਿਆਲ ਇਹ USA ਦੇ ਵਿੱਚ ਹੋਇਆ ਸੀ ਜੀ ਤੇ ਪੱਤਰਕਾਰ ਹਮੇਸ਼ਾ ਖਤਰਿਆਂ ਨਾਲ ਖੇਡ ਕੇ ਆਪਣੀ ਜਾਨ ਨੂੰ ਜੋਖਿਮ ਪਾ ਕੇ ਕਿਸੇ ਸੁਤੰਤਰ ਸੈਨਾਨੀ ਨੂੰ ਘੱਟ ਨਹੀਂ ਹੁੰਦੇ ਜਿਹੜੇ ਪੱਤਰਕਾਰ ਨੇ ਜੀ ਤੇ ਜਿਹੜੇ ਦੂਜੇ ਮੀਡੀਆ ਤੋਂ ਮੈਂ ਉਹਨਾਂ ਗੱਲ ਨਹੀਂ ਕਰਦਾ ਮੈਂ ਅੱਜ ਜਿਸ ਤਰੀਕੇ ਦੀ ਹਾਲਤ ਸਾਡੀ ਪੱਤਰਕਾਰਾਂ ਦੀ ਇੰਡੀਆ ਦੇ ਵਿੱਚ ਬਹੁਤ ਮੰਦੜੀ ਹਾਲਤ ਆ ਜੀ 180 ਦੇਸ਼ਾਂ ਦੇ ਵਿੱਚੋਂ ਅਸੀਂ 161ਵੇਂ ਸਥਾਨ ਤੇ ਆ ਪਿਛਲੇ ਸਾਲ ਸਾਡਾ ਸਥਾਨ 150ਵਾਂ ਸੀਗਾ ਜੀ ਐਤਕੀ 161ਵੇਂ ਸਥਾਨ ਤੇ ਆ ਜਿਹੜੀ ਪਿਛਲੀ ਵਾਰੀ ਜਿਹੜੀ ਸਾਡੀ ਪਾਕਿਸਤਾਨ ਸੀ ਉਹ 159ਵੇਂ ਥਾਂ ਤੇ ਸੀ ਉਹ 9 ਰੈਂਕ ਉੱਪਰ ਗਿਆ ਉਹਦੀ 150 ਥਾਂ ਹੋ ਗਿਆ ਜੀ ਇਹਦਾ ਮਤਲਬ ਅਸੀਂ ਉਹਦੇ ਨਾਲੋਂ 11 ਨਹੀਂ ਉਹਦੇ ਨਾਲੋਂ 20 ਪੁਆਇੰਟ ਥੱਲੇ ਆ ਅਸੀਂ ਜੀ 180 ਦੇ ਵਿੱਚੋਂ ਜੇ ਇਹਦੇ ਵਿੱਚ ਲੈ ਲਓ ਤੁਸੀਂ ਇਹਦੀ ਮੇਰੇ ਖਿਆਲ ਜਿਹੜੀ ਪਹਿਲੇ ਨੰਬਰ ਤੇ ਆ ਉਹ ਸ਼ਾਇਦ ਫਿਨਲੈਂਡ ਆ ਦੂਸਰੇ ਨੰਬਰ ਤੇ ਨਾਰਵੇ ਆ ਤੀਜੇ ਨੰਬਰ ਤੇ ਫਿਰ ਆਸਟ੍ਰੇਲੀਆ ਚੌਥੇ ਨੰਬਰ ਤੇ ਇਹ ਅਲੱਗ ਅਲੱਗ ਜਿਹੜੇ ਕੰਟਰੀ ਚਾਰ ਪੰਜ ਹੈਗੇ ਇਹੀ ਉੱਥੇ ਹੈਗੇ ਨੇ ਜੀ ਤੇ ਇਹਦੇ ਵਿੱਚ ਜੇ ਆਪਾਂ ਲੈ ਲਈਏ ਤੇ ਪਿਛਲੇ 90 ਤੋਂ ਲੈ ਕੇ 1990 ਤੋਂ ਲੈ ਕੇ ਤੇ 2020 ਤੱਕ ਜੀ ਘੱਟੋ ਘੱਟ ਦੁਨੀਆਂ ਭਰ ਦੇ ਵਿੱਚ 2600 ਪੱਤਰਕਾਰ ਜਿਹੜੇ ਉਹ ਮਾਰੇ ਗਏ ਨੇ
ਤੇ ਸਭ ਤੋਂ ਵੱਧ ਪੱਤਰਕਾਰ 300 ਜਾਰੀ, ਜਿਹੜੇ 340 ਇਰਾਕ ਚ ਮਾਰੇ ਗਏ ਨੇ ਤੇ 160 ਮੈਕਸੀਕੋ ਚ ਮਾਰੇ ਗਏ ਨੇ, 160 ਫਿਲਪਾਈਨ ਚ ਮਾਰੇ ਗਏ ਨੇ, ਪਾਕਿਸਤਾਨ ਚ 138 ਤੇ ਭਾਰਤ ਦੇ ਵਿੱਚ 116 ਕਤਲ ਹੋਏ ਨੇ। ਜੇ ਇਹ ਹਾਲਤ ਆ ਸਾਡੀ ਤੇ ਦੱਸੋ ਅਸੀਂ ਕਿੱਥੇ ਜਾ ਕੇ ਰੁਕਾਂਗੇ। ਪੱਤਰਕਾਰ ਨੂੰ ਇੱਕ ਪਾਸੇ ਤੁਸੀਂ ਕਹਿੰਦੇ ਵੀ ਡੈਮੋਕਰੇਸੀ ਦਾ ਇਹ ਫੋਰਥ ਪਿੱਲਰ ਆ, ਜੇ ਫੋਰਥ ਪਿੱਲਰ ਦੀ ਇਹ ਹਾਲਤ ਆ ਤੇ ਬਾਕੀ ਕੀ ਬਣੂਗਾ ਇਹਨਾਂ ਦਾ? ਤੁਹਾਨੂੰ ਪਤਾ ਹੋਏਗਾ ਪੱਤਰਕਾਰ ਨੂੰ ਆਮ ਤੌਰ ਤੇ ਸਿਆਸੀ ਲੀਡਰਾਂ ਦੀਆਂ ਧਮਕੀਆਂ ਆਉਂਦੀਆਂ, ਤਸਕਰਾਂ ਦੀਆਂ ਧਮਕੀਆਂ ਆਉਂਦੀਆਂ, ਸਮਗਲਰਾਂ ਦੀਆਂ ਆਉਂਦੀਆਂ, ਗੈਂਗਸਟਰਾਂ ਦੀਆਂ ਆਉਂਦੀਆਂ ਵਾ। ਪਿੱਛੇ ਜੇ ਤੁਹਾਨੂੰ ਪਤਾ ਹੋਏਗਾ ਜਲੰਧਰ ਦਾ ਇੱਕ ਪੱਤਰਕਾਰ ਜਗਦੀਪ ਭਲੋਤਰਾ ਹੁੰਦਾ ਸੀਗਾ ਜੀ, ਜਗਦੀਪ ਭਲੋਤਰੇ ਨੇ ਜਿਹੜੀ ਸੀ ਇਹ ਮਾਫੀਆ ਸੀ, ਰੇਤ ਮਾਫੀਆ, ਤੇ ਇਹਨਾਂ ਦੇ ਉੱਤੇ ਇੱਕ ਸਟੋਰੀ ਕੀਤੀ ਸੀ, ਉਹ ਸਟੋਰੀ ਦੀ ਕਾਫੀ ਚਰਚਾ ਹੋਈ ਸੀਗੀ। ਉਹਨੂੰ ਫਿਰ ਕਹਿੰਦੇ ਉਹਦੀ ਅਖਬਾਰ ਵਾਲੇ ਕਹਿੰਦੇ ਇਸ ਤਰ੍ਹਾਂ ਹਿੰਦੁਸਤਾਨ ਟਾਈਮ ਵਾਲੇ ਵੀ ਇਹਦੇ ਉੱਤੇ ਹੋਰ ਸਟੱਡੀ ਕਰੋ। ਉਹ ਬਕਾਇਦਾ ਤੌਰ ਤੇ ਪਠਾਨਕੋਟ ਦੇ SSP ਨੂੰ ਜਿਹੜਾ ਸੀ ਫੋਨ ਕਰਦਾ ਵੀ SSP ਸਰ ਮੈਂ ਇਸ ਉੱਤੇ ਸਟੋਰੀ ਕਰਨਾ ਚਾਹੁੰਦਾ, ਅੱਗੇ ਵੀ ਕੀਤੀ ਤੇ ਅੱਗੇ ਵੀ ਤੂੰ ਕੀਤੀ ਸੀ, ਵਧੀਆ ਕੀਤੀ ਸੀ, ਕਾਫੀ ਚਰਚਾ ਹੋਈ ਸੀ, ਕੁਛ ਕੰਟਰੋਲ ਹੀ ਹੋਇਆ ਸੀ, ਲੇਕਿਨ ਮੈਂ ਕੰਟਰੋਲ ਨਹੀਂ ਕਰ ਸਕਿਆ ਇੱਥੇ ਜੀ, ਤੇ ਜੋ ਤੂੰ ਸਟੋਰੀ ਕਰਨੀ ਤੇ ਆ ਜਾ। ਇਹ ਉੱਥੇ ਜਾਂਦੇ ਨੇ ਤੇ ਉੱਥੇ ਆਪਣੀ ਗੱਡੀ ਖੜੀ ਕਰ ਦਿੰਦੇ ਤੇ SSP ਦੀ ਗੱਡੀ ਦੇ ਵਿੱਚ ਜਾਂਦੇ ਤੇ SSP ਦੀ ਗੱਡੀ ਨੂੰ ਇੱਕ ਟਿੱਪਰ ਆਉਂਦਾ ਸਾਈਡ ਮਾਰ ਕੇ ਪਲਟਾ ਦਿੰਦਾ ਜੀ। ਉਹਦੇ ਵਿੱਚ ਜਗਦੀਪ ਮਲਹੋਤਰਾ ਦੀ ਮੌਤ ਹੋ ਜਾਂਦੀ ਹੈ ਤੇ SSP ਸਾਹਿਬ ਆਪ ਗੰਭੀਰ ਫੱਟੜ ਹੋ ਜਾਂਦੇ, ਉਹ ਰਿਟਾਇਰ ਵੀ ਹੋ ਗਏ ਨੇ ਤੇ ਅੱਜ ਤੱਕ ਵੀ ਉਹ ਠੀਕ ਨਹੀਂ ਹੋਏ ਜੀ। ਅੱਜ ਤੱਕ ਵੀ ਖੂੰਡੀ ਫੜ ਕੇ ਜਾਂ ਪੌੜੀਆਂ ਫੜ ਕੇ ਤੁਰਦੇ ਨੇ। ਇਸ ਕਰਕੇ ਪੱਤਰਕਾਰਤਾ ਜਿਹੜੀ ਹੈ ਨਾ ਇਹ ਬੜੀ ਔਖੀ ਕਰਨੀ ਹੈ ਤੇ ਸਮਾਜ ਸੇਵੀ ਦਾ ਕੰਮ ਆ, ਤੇ ਅੱਜ ਕੱਲ੍ਹ ਜੋ ਹਾਲਾਤ ਪੱਤਰਕਾਰੀ ਦੇ ਹੋਏ ਨੇ ਉਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕਿੱਦਾਂ ਦੀ ਪੱਤਰਕਾਰੀ ਹੋ ਰਹੀ ਹੈ। ਲੇਕਿਨ ਫਿਰ ਵੀ ਕੋਈ ਹਰਿਆ ਬੂਟ ਰਹੀ ਉਹਨੂੰ, ਕਈ ਬੰਦੇ ਅਜੇ ਵੀ ਪੱਤਰਕਾਰੀ ਕਰਦੇ ਜਿਹੜੀ ਆਉਂਦੇ ਹੁੰਦੇ ਆ, ਜਿਹਨੂੰ ਖੋਜੀ ਪੱਤਰਕਾਰੀ ਕਹਿ ਦਿੰਦੇ ਆਪਾਂ, ਉਹ ਬਹੁਤ ਘੱਟ ਲੋਕ ਰਹਿ ਗਏ ਨੇ, ਬਿਆਨ ਛਾਪਣ ਤੱਕ ਬਹੁਤੇ ਰਹਿ ਗਏ ਨੇ। ਖੋਜੀ ਪੱਤਰਕਾਰੀ ਕਰਨੀ ਬੜੀ ਔਖੀ ਹੁੰਦੀ ਹੈ, ਬੜੀ ਸਟੱਡੀ ਕਰਨੀ ਪੈਂਦੀ ਹੈ, ਬੜੀ ਮਿਹਨਤ ਕਰਨੀ ਪੈਂਦੀ ਹੈ। ਅਖਬਾਰਾਂ ਵੀ ਸਾਡੀਆਂ ਜਿਹੜੀਆਂ ਵਾ ਉਸ ਪਾਸੇ ਹੋ ਗਈਆਂ ਨੇ ਹੁਣ, ਜਿੱਥੋਂ ਵੱਧ ਇਸ਼ਤਿਹਾਰ ਮਿਲਦੇ ਉਹਦੀ ਗੱਲ ਕਰਦੀ ਹੈ, ਬਾਕੀ ਕਿਸੇ ਦੀ ਨਹੀਂ ਕਰਦੀ। ਕੁਛ ਅਜੇ ਵੀ ਹੈਗੀ ਅਖਬਾਰਾਂ ਹੈਗੀਆਂ ਜਿਹੜੀ ਕੰਮ ਕਰਨ ਵਾਲੀਆਂ ਹੈਗੀਆਂ। ਇਸ ਕਰਕੇ ਜਿਹੜਾ ਵਾ ਪੱਤਰਕਾਰੀ ਜਿਹੜਾ ਸਾਡਾ ਇੰਡੀਆ ਦਾ ਮਿਆਰ ਆ ਉਹ ਪਾਕਿਸਤਾਨ ਨੂੰ ਥੱਲੇ ਚਲੇ ਗਿਆ, ਸਾਡੇ ਵਾਸਤੇ ਬੜੀ ਮਾੜੀ ਗੱਲ। ਸਾਡੇ ਤੋਂ ਥੱਲੇ ਤਜਾਰਤ ਸੁਣਾਉਣਾ ਬਸ, ਬਾਕੀ ਕੋਈ ਨਹੀਂ ਹੈਗੀ। ਇਹ ਹਾਲਤ ਸਾਡੀ ਜੀ ਬਿਲਕੁਲ। ਪੱਟੀ ਸਾਹਿਬ, 9ਵੀਂ ਕਲਾਸ ਦੀ ਵਿਦਿਆਰਥਣ ਖੁਸ਼ਬੀਰ ਕੌਰ 1-3 ਦੀ SSP ਬਣੀ, ਅਸਲੀ SSP ਬਣਨ ਦਾ ਕੀਤਾ ਪ੍ਰਣ, ਕਿੱਥੋਂ ਦੀ ਖਬਰ ਆ ਜੀ, ਕੀ ਹੈ ਪੂਰੀ ਖਬਰ? ਇਹ ਫਾਜ਼ਿਲਕਾ ਦੀ ਖਬਰ ਆ ਜੀ। ਜੀ ਫਾਜ਼ਿਲਕਾ ਦੇ ਵਿੱਚ ਇੱਥੇ ਭੁਪਿੰਦਰ ਸਿੰਘ ਸਿੱਧੂ ਹੁੰਦੇ ਸੀ, ਤੁਹਾਨੂੰ ਪਤਾ ਹੈਗਾ ਕਿ SSP ਹੁੰਦੇ ਸੀ, ਕਾਫੀ ਮਿਹਨਤ ਕੀਤੀ ਸੀ, ਕਾਫੀ ਉਹਨਾਂ ਨੇ ਡਰੱਗ ਡਰੁੱਗ ਤੇ ਕੰਟਰੋਲ ਕੀਤਾ ਸੀਗਾ ਜੀ। ਔਰ ਫਾਜ਼ਿਲਕਾ ਦੇ ਵਿੱਚ ਉਹਨਾਂ ਇੱਕ ਥੈਲੇਸੀਮੀਆ ਤੋਂ ਪੀੜਤ ਜਿਹੜਾ ਸੀ ਬੱਚਾ, ਉਹਨੂੰ 1 ਦਿਨ ਦਾ SSP ਬਣਾਇਆ ਸੀਗਾ ਜੀ। ਜਦੋਂ ਉਹਨੂੰ SSP ਬਣਾਇਆ ਸੀ ਤੇ ਕਾਫੀ ਚਰਚਾ ਹੋਈ ਸੀ ਕਿ ਇਹਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਜਦੋਂ ਇਹੋ ਜਿਹੇ ਅਸੀਂ ਕੰਮ ਕਰਾਂਗੇ ਨਾ ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਨਵੀਂ ਜਿਹੜੀ ਉਹ ਚਿਣਕ ਪੈਦਾ ਹੋਊਗੀ ਜੀ। ਹੁਣ ਉੱਥੇ ਰਵਨੀਤ ਕੌਰ ਸਿੱਧੂ ਹੈਗੀ ਬੀਬੀ ਆ ਜਿਹੜੀ SSP ਹੈ। ਰਵਨੀਤ ਕੌਰ ਸਿੱਧੂ ਨੂੰ ਇਹ 9ਵੀਂ ਕਲਾਸ ਦੀ ਖੁਸ਼ਬੀਰ ਕੌਰ ਇੱਕ ਈਮੇਲ ਕਰਦੀ ਹੈ ਜਾਂ ਵਟਸਐਪ ਕਰਦੀ ਹੈ ਵੀ ਮੈਂ ਵੇਖੋ ਜੀ SSP ਬਣਨਾ ਚਾਹੁੰਦੀ ਹਾਂ ਜੀ। ਉਹਨੂੰ ਬੁਲਾਉਂਦੀ ਹੈ, ਉਹਦੇ ਮਾਂ ਪਿਓ ਨੂੰ ਬੁਲਾਉਂਦੀ, ਉਹਨੂੰ ਬੁਲਾਉਂਦੀ ਵੀ ਤੈਨੂੰ ਬੱਚੇ 1 ਦਿਨ ਦਾ ਅਸੀਂ SSP ਬਣਾਵਾਂਗੇ। ਉਹਨੂੰ 1 ਦਿਨ ਦਾ SSP ਬਣਾਉਂਦਾ ਤੇ ਬਕਾਇਦਾ ਤੌਰ ਤੇ ਖੁਸ਼ਬੀਰ ਨਾਲ ਲੈ ਕੇ ਉਹ ਇੱਕ ਥਾਣੇ ਦਾ ਮੁਆਇਨਾ ਵੀ ਕਰਦੀ ਹੈ, ਉੱਥੋਂ ਦੀ ਪੁਲਿਸ ਲਾਈਨ ਦਾ ਵੀ ਮੁਆਇਨਾ ਕਰਦੀ ਹੈ। ਤੇ ਜਦੋਂ ਉਹਨੂੰ ਪੁੱਛਿਆ ਜਾਂਦਾ ਵੀ ਤੂੰ ਕੀ ਕਰੇਂਗੀ, ਕਹਿੰਦੀ ਜੀ ਮੇਰਾ SSP ਬਣਦਾ ਮਨ ਕਿੱਥੋਂ ਆਇਆ ਸੀ ਮੈਂ ਤੁਹਾਨੂੰ ਦੱਸਣ ਲੱਗੀ ਜੀ। ਉਹ ਕਹਿੰਦੀ ਨਸ਼ਿਆਂ ਨੇ ਸਾਡੇ ਘਰ ਬਰਬਾਦ ਕਰਤੇ ਆ, ਮੈਂ ਜਦੋਂ ਸਾਡੀਆਂ ਮਾਵਾਂ ਬਜ਼ੁਰਗ ਮਾਵਾਂ ਦੇ ਅੱਖਰੂ ਵੱਜਦੇ ਵਿਹਨੀ ਨਾ ਸੋਸ਼ਲ ਮੀਡੀਆ ਦੇ ਉੱਤੇ ਤੇ ਮੇਰੇ ਆਪ ਮੇਰਾ ਆਪਾਂ ਨੀਰ ਵਗਾਉਣਾ ਪੈਂਦਾ ਉਸ ਵੇਲੇ ਵੀ ਹੋ ਕੀ ਰਿਹਾ, ਕਿਉਂ ਹੋ ਰਿਹਾ ਹੈ, ਕਿਉਂ ਨੀ ਬੰਦ ਕਰ ਸਕਦੇ ਅਸੀਂ। ਉਸ ਦਿਨ ਮੈਂ ਸੋਚਿਆ ਸੀ ਵੀ ਮੈਂ ਵੀ ਇੰਨੀ ਕੋਸ਼ਿਸ਼ ਕਰਾਂ, ਮੈਂ ਵੀ ਕਿਸੇ ਰੁਤਬੇ ਤੇ ਪੁੱਜਾਂ ਤੇ ਮੈਂ ਇਹ ਨਸ਼ਿਆਂ ਨੂੰ ਬੰਦ ਕਰਾਂ ਤੇ ਮੇਰੀ ਪਹਿਲੀ ਜਿਹੜੀ ਪਹਿਲ ਕਦਮੀ ਹੋਊਗੀ ਇਹ ਨਸ਼ੇ ਬੰਦ ਕਰਨ ਦੀ ਹੋਊਗੀ, ਤਾਂ ਕਿ ਸਾਡੀਆਂ ਮਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਬੁਢਾਪੇ ਦੀ ਡੰਗੋਰੀ ਦਾ ਟੁੱਟੇ। ਜਦੋਂ ਬਜ਼ੁਰਗਾਂ ਦੇ ਮੋਢਿਆਂ ਤੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਜਾਂਦੀਆਂ ਨੇ ਉਦੋਂ ਧਰਤੀ ਵੇਲ ਨਹੀਂ ਦਿੰਦੀ ਉਹਨਾਂ ਨੂੰ।
ਹੁਣ ਬੀਬੀ ਨੂੰ ਇੰਨੀ ਗੱਲ ਕਹੀ, ਫਿਰ ਅਵਨੀਤ ਕੌਰ ਜਿਹੜੀ ਸੀ ਸਿੱਧੂ, ਉਹਨੇ ਉਹਨੂੰ ਇੱਕ ਦਿਨ ਦਾ SSC ਬਣਾਇਆ ਤੇ ਉਹਨੇ ਫਿਰ ਕਿਹਾ ਜੀ ਮੈਂ ਪੂਰੀ ਕੋਸ਼ਿਸ਼ ਕਰੂੰਗੀ, ਪੜ੍ਹਾਊਂਗੀ, ਲਿਖੂੰਗੀ ਤੇ ਮੇਰੀ ਖਾਹਿਸ਼ ਹੈ ਮੈਂ SSP ਬਣਦੀ ਤੇ ਸੇਵਾ ਕਰਨ ਦੀ ਇਸ ਤਰੀਕੇ ਨਾਲ। ਉਹਦੇ ਮਾਂ ਪਿਓ ਨੇ ਵੀ ਕਿਹਾ ਕਿ ਅਸੀਂ ਆਪਣੀ ਬੱਚੀ ਨੂੰ ਹਰ ਪ੍ਰਕਾਰ ਦੀ ਸਹੂਲਤ ਦਿਆਂਗੇ, ਵੱਧ ਤੋਂ ਵੱਧ ਪੜ੍ਹਾਵਾਂਗੇ, ਜਿੰਨਾ ਪੜ੍ਹੂਗੀ ਪੜ੍ਹ ਸਕੇ, ਅਸੀਂ ਸਾਡੀ ਵੀ ਖਾਹਿਸ਼ ਹੈ ਵੀ ਸਾਡੀ ਬੱਚੀ ਵੀ ਕਿਸੇ ਸਰਕਾਰ ਤੇ ਪਹੁੰਚੇ, ਕੋਈ ਸਮਾਜ ਸੇਵਾ ਦਾ ਕੋਈ ਕੰਮ ਕਰ ਸਕੇ। ਇਸ ਕਰਕੇ ਖੁਸ਼ਬੀਰ ਕੌਰ ਜਿਹੜੀ ਆ ਫਾਜ਼ਿਲਕਾ ਦੀ SSP, ਰਵਨੀਤ ਕੌਰ ਸਿੱਧੂ ਦੇ ਉਹਨੂੰ ਆਪਣੀ ਜਿਹੜਾ ਸੀ ਇੱਕ ਦਿਨ ਦੀ SSP ਬਣਾਇਆ ਜੀ ਉੱਥੇ ਜੀ। ਪੱਟੀ ਸਾਹਿਬ, ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ, 2 ਘੰਟੇ ਕੀਰਤਨ ਸੁਣਦੇ ਨੇ। ਨੀਤਾ ਅੰਬਾਨੀ ਹੈ ਜੀ ਜੀ, ਨੀਤਾ ਅੰਬਾਨੀ ਜਿਹੜੀ ਅੰਬਾਨੀ ਪਰਿਵਾਰ ਦੀ ਮੁਕੇਸ਼ ਅੰਬਾਨੀ ਦੀ ਵਾਈਫ ਜੀ, ਇਹ ਸਮਾਜ ਸੇਵੀ ਆ, ਫਿਲਮ ਤਰਫ ਵਰਕ ਬੜੇ ਕਰਦੀ ਹੈ ਜੀ। ਇਹ ਬਕਾਇਦਾ ਤੌਰ ਤੇ ਰਾਤ ਕੱਲ ਸ਼ਾਮੀ 9 ਵਜੇ ਇਹ ਦਰਬਾਰ ਸਾਹਿਬ ਵਿੱਚ ਐਂਟਰ ਕਰਦੀ ਆ, ਮੱਥਾ ਟੇਕਦੀ ਆ, ਮੱਥਾ ਟੇਕਣ ਤੋਂ ਬਾਅਦ ਬਕਾਇਦਾ ਤੌਰ ਤੇ ਇਹ ਬੀਬੀ ਜਿਹੜੀ ਆ 2 ਘੰਟੇ ਬੈਠ ਕੇ ਕੀਰਤਨ ਸਰਵਨ ਕਰਦੀ ਜੀ, ਉੱਥੇ ਬੈਠ ਕੇ ਬਾਣੀ ਸੁਣਦੀ ਆ। 2 ਘੰਟੇ ਬਹਿਣਾ ਇਸ ਪਰਿਵਾਰ ਵਾਸਤੇ ਵੱਡੀ ਵੱਡੀ ਗੱਲ ਆ। ਬਿਲਕੁਲ, ਜਿਹੜੇ ਇਹਨਾਂ ਦੇ ਦੂਸਰੇ ਨੇ ਮੁਕੇਸ਼ ਅੰਬਾਨੀ ਦੇ ਭਰਾ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਇੱਥੇ ਅੰਮ੍ਰਿਤਸਰ ਆਏ ਸੀ ਜੀ। ਉਹਨਾਂ ਦੀ ਪਤਨੀ ਜਿਹੜੀ ਐਕਟ੍ਰੈਸ ਦਾ ਵੀ ਨਾਮ ਮੈਨੂੰ ਭੁੱਲ ਗਿਆ ਜੀ, ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਉਹਨਾਂ ਕੋਈ ਜਵਾਬ ਨਹੀਂ, ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਜੀ। ਤੇ ਉਹਨਾਂ ਦੀ ਪਤਨੀ ਇੰਨੀ ਗੱਲ ਕਹੀ ਸੀ ਕਿ ਅਸੀਂ ਪੱਤਰਕਾਰ ਨੂੰ ਕਿਹਾ ਸੀ ਵੀਰੋ ਅਸੀਂ ਜਿਹੜੀ ਬਕਾਇਦਾ ਤੌਰ ਤੇ ਸਿਰਫ ਗੁਰੂ ਘਰ ਨਤਮਸਤਕ ਹੋਣ ਵਾਸਤੇ ਆਏ, ਕੋਈ ਪ੍ਰੈਸ ਕਨਫਰੰਸ ਵਾਸਤੇ ਨਹੀਂ ਆਏ ਸੀ, ਕੋਈ ਨਾਮ ਕੱਟਣ ਵਾਲਾ ਸੀ, ਤੁਹਾਨੂੰ ਬੇਨਤੀ ਕਹਿੰਦੇ ਸੀ ਫੋਟੋ ਬਣਾ ਛਾਪੇ ਤੁਸੀਂ ਜੀ। ਲੇਕਿਨ ਸਾਡੇ ਪੱਤਰਕਾਰ ਨੂੰ ਆਹ ਧੋਲੀ ਪਿੱਛੇ ਪਿੱਛੇ ਤੁਰੇ ਜਾਣਾ, ਫੋਟੋ ਕੇ ਐਂਗਲ ਦੀ ਮਰਜ਼ੀ ਉਹ ਲਾ ਦੇਣਾ। ਉਹਨੇ ਹੱਥ ਜੋੜ ਕੇ ਕਿਹਾ ਸੀ ਪ੍ਰਕਰਮਾ ਚ ਵੀ ਸਾਡੇ ਪਿੱਛੇ ਤੁਸੀਂ ਨਾ ਆਓ, ਸਾਨੂੰ ਮੱਥਾ ਟੇਕਣ ਦਿਓ ਆਰਾਮ ਨਾਲ, ਅਸੀਂ ਮੱਥਾ ਟੇਕਣ ਵਾਲੇ ਗੁਰੂ ਦਾ ਸ਼ੀਸ਼ ਲੈਣ ਵਾਸਤੇ ਆਏ ਜੀ। ਲੇਕਿਨ ਪੱਤਰਕਾਰ ਕਿੱਥੇ ਹਟਦੇ ਆ। ਹੁਣ IPL ਜਿਹੜੀ ਆ ਸਾਡੀ 2023 ਹੋ ਰਹੀ ਆ, ਮੁੰਬਈ ਇੰਡੀਅਨਸ ਜਿਹੜੀ ਹੋ ਰਹੀ ਆ ਜੀ, ਉਹਦੀ ਜਿੱਤ ਵਾਸਤੇ ਉਹਦੀ ਅਰਦਾਸ ਕਰਨ ਵਾਸਤੇ ਉਹ ਕਹਿੰਦੇ ਵੀ ਇਹ ਨੀਤਾ ਅੰਬਾਨੀ ਜਿਹੜੀ ਸੀ ਦਰਬਾਰ ਸਾਹਿਬ ਆਈ ਸੀ ਤੇ 2 ਘੰਟੇ ਇਹ ਦਰਬਾਰ ਸਾਹਿਬ ਚ ਰਹੀ ਆ ਤੇ ਕੀਰਤਨ ਵੀ ਸਰਵਣ ਕੀਤਾ ਵਾ। ਆਮ ਤੌਰ ਤੇ ਇਹ ਪਰਿਵਾਰ ਜਦੋਂ ਆਉਂਦਾ ਹੁੰਦਾ ਨਾ, ਇਹ ਕੁਛ ਨਾ ਕੁਛ ਦਰਬਾਰ ਸਾਹਿਬ ਭੇਟ ਜ਼ਰੂਰ ਕਰਤਾ, ਕਦੀ ਕੋਈ ਐਂਬੂਲੈਂਸ ਦਿੱਤੀ ਜਾਂ ਕੋਈ ਗੱਡੀ ਦਿੱਤੀ ਜਾਂ ਕੋਈ ਟਰੱਕ ਦਿੱਤਾ, ਇਸ ਤੋਂ ਕਿਸੇ ਕੁਛ ਭੇਟ ਕਰਦੇ, ਅੱਜ ਕੀ ਪਤਾ ਨਹੀਂ ਪੈਸੇ ਦਿੱਤਾ ਕੋਈ। ਲੇਕਿਨ ਜਦੋਂ ਵੀ ਸਾਲ ਚ 2 ਵਾਰੀ ਇਹ ਪਰਿਵਾਰ ਸਮੇਤ ਮੱਥਾ ਟੇਕਣ ਆਉਂਦੇ ਆ ਜੀ, ਜਦੋਂ ਇਹਨਾਂ VIP ਦੀਆਂ ਜਾਂ ਇਹਨਾਂ ਸੈਲੀਬ੍ਰਿਟੀ ਦੀਆਂ ਤਸਵੀਰਾਂ ਛਪਦੀਆਂ ਨੇ ਅਖਬਾਰਾਂ ਦੇ ਵਿੱਚ, ਫਿਰ ਇਹਦੀ ਦਰਬਾਰ ਸਾਹਿਬ ਦੀ ਕ੍ਰੇਜ ਹੋਰ ਵੱਧਦੀ ਹੈ, ਲੋਕ ਫਿਰ ਵੱਡੀ ਗਿਣਤੀ 'ਚ ਆਉਂਦੇ ਆ। ਅੱਜ ਵੀ ਤੁਸੀਂ ਦਰਬਾਰ ਸਾਹਿਬ ਜਾਓ ਮੱਥਾ ਟੇਕਣ ਵਾਸਤੇ, ਤੁਹਾਨੂੰ ਘੱਟੋ ਘੱਟ 2 ਘੰਟੇ ਦਾ ਸਮਾਂ ਚਾਹੀਦਾ ਮੱਥਾ ਟੇਕਣ ਵਾਸਤੇ, ਫਿਰ ਮੱਥਾ ਟੇਕ ਸਕਦੇ, ਕੋਈ ਰਸ਼ ਇੰਨਾ ਹੁੰਦਾ ਜਾਂਦਾ ਜੀ। ਪੱਟੀ ਸਾਹਿਬ, ਥੱਪੜ ਮਾਰ ਕੇ 6 ਮਹੀਨੇ ਦੀ ਬੱਚੀ ਖੋਹ ਕੇ ਕਿਡਨੈਪਰ ਫਰਾਰ ਹੋ ਗਿਆ, ਪੁਲਿਸ ਤਲਾਸ਼ ਕਰ ਰਹੀ ਹੈ, ਕਿੱਥੋਂ ਦਾ ਮਾਮਲਾ ਜੀ, ਕੀ ਹੈ ਪੂਰਾ ਮਾਮਲਾ? ਬੜੀ ਮੰਦਭਾਗੀ ਖਬਰ ਆ ਜੀ। ਜਲੰਧਰ ਦੇ ਵਿੱਚ ਇੱਕ ਬਸਤੀ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲ ਐਕਟੀਵਾ ਦੇ ਉੱਤੇ 2 ਮੁੰਡੇ ਤੇ 1 ਕੁੜੀ ਆਉਂਦੇ ਜੀ, 6 ਮਹੀਨੇ ਦੀ ਬੱਚੀ ਉਹ ਪੰਗੂੜੇ ਚ ਪਈ ਹੈ, ਪੰਗੂੜੇ ਚ ਪਈ ਹੈ ਤੇ ਇੱਕ ਛੋਟੀ ਬੱਚੀ 6 ਸਾਲ ਦੀ ਆ ਤੇ 1 ਕੁੜੀ ਦਾ ਜਿਹੜਾ ਬੱਚੀ ਦਾ ਚਰਚਾ ਕਰ ਹੁੰਦਾ ਜੀ। ਉਹਨੂੰ ਕਹਿੰਦੇ ਆਹ ਲੈ 500 ਰੁਪਇਆ, ਕੁੜੀ ਬੱਚੀ ਨੂੰ 120 ਰੁਪਏ ਦਿੰਦੇ ਆ, ਤੂੰ 120 ਲੈ, ਤੂੰ 500 ਨੂੰ ਕੁੜੀ ਸਾਡੇ ਵਾਲੇ ਕਰਦੇ। ਕਹਿੰਦੇ ਬਿਲਕੁਲ ਨੀ, ਪੈਸੇ ਪੂਰੇ ਕਾਹਦੀ ਕੁੜੀ ਵਾਲੇ ਕਰਦੀ, ਤੁਹਾਡੀ ਕੌਣ ਤੁਸੀਂ ਪੁੱਛੋ ਸਾਨੂੰ। ਤੇ ਚਾਚਾ ਫਟਾਫਟ ਕੁੜੀ ਨੂੰ ਚੁੱਕ ਕੇ ਜਿਹੜੇ ਮੋਢੇ ਨਾਲ ਲਾਉਂਦਾ ਵੀ ਕਿਸੇ ਕੁੜੀ ਜਿਹੜੀ ਆ ਚੁੱਕ ਕੇ ਨਾ ਲੈ ਜਾਣ, ਭੱਜਣ ਨੀ ਦਿੰਦੇ ਜੀ। ਉਹੀ ਗੱਲ ਹੁੰਦੀ ਹੈ, ਜਦੋਂ ਮੋਢੇ ਦਾ ਲਾਦਾ ਤੇ ਉਹਨੂੰ ਚਪੇੜ ਮਾਰਦੇ ਆ, ਉਹ ਬੋਂਦਰ ਜਾਂਦਾ ਤੇ ਕੁੜੀ ਬੱਚੀ ਖੋ ਕੇ 6 ਮਹੀਨੇ ਦੀ ਭੱਜ ਜਾਂਦੇ ਆ ਜੀ। ਹੁਣ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ, ਪੁਲਿਸ ਕਹਿੰਦੀ ਵੀ ਸਾਡੇ ਕੋਲ ਨੰਬਰ ਟ੍ਰੇਸ ਨਹੀਂ ਅਜੇ ਤੱਕ ਐਕਟੀਵਾ ਤੋਂ ਹੋਇਆ, ਲੇਕਿਨ ਫਿਰ ਵੀ ਅਸੀਂ ਜਿਸ ਰਸਤੇ ਗਏ ਨੇ ਉਹ ਰਸਤੇ 'ਚ ਕੋਈ ਭੋਗ ਕਰ ਰਹੇ, ਥਾਂ ਥਾਂ ਜਿੱਥੇ ਵੀ ਕਿਤੇ ਸਾਨੂੰ CCTV ਕੈਮਰੇ ਮਿਲਦੇ ਉਹ ਕੁੱਕ ਕਰ ਰਹੇ ਸੀ ਜੀ। ਐਵਰੇਜ ਸਾਡੇ ਜੀ 3 ਜਾਂ 4 ਬੱਚੇ ਜਿਹੜੇ ਆ ਉਹ ਗੁੰਮ ਹੋ ਰਹੇ ਨੇ ਰੋਜ਼ ਇੱਥੋਂ, ਬੁੱਢੇ ਲੈ ਲਓ, ਬਜ਼ੁਰਗ ਲੈ ਲਓ, ਬੱਚੇ ਦਾ 3-4 ਜਿਹੜੇ ਵਿਅਕਤੀ ਗੁੰਮ ਥੱਲੇ ਪੰਜਾਬ ਤੋਂ ਡੇਲੀ ਹੋ ਰਹੇ, ਹਾਲਤ ਬਣ ਗਈ ਹੈ, ਬੜੀ ਤ੍ਰਾਸਦੀ ਹੈ ਜੀ। ਤੇ ਜੇ ਤੇ ਕਿਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਪਤਨੀ ਦੀ ਜੀ ਪੈਸੇ ਜਿਹੜੇ ਖਾਤੇ ਵਿੱਚ ਚਲੇ ਜਾਣ ਤੇ ਉਹ ਤਾਂ ਚੰਗੀ ਗੱਲ, ਜੇ ਬੰਦਾ ਵੀ ਲਾਉਣੇ ਤੇ ਪੈਸੇ ਵੀ ਲਾਉਣੇ ਆ, ਤੇ ਜੇ ਕਿਸੇ ਗਰੀਬ ਦਾ ਬੱਚਾ ਚੱਲ ਜਾਏ ਜਾਂ ਬਜ਼ੁਰਗ ਚੱਲ ਜਾਏ ਤੇ ਪੁਲਿਸ ਕਹਿੰਦੀ ਅਸੀਂ ਤਫਤੀਸ਼ ਕਰ ਰਹੇ ਜੀ, ਟੀਮਾਂ ਬਣਾਤੀਆਂ, 6 ਰੇਡ ਕਰ ਰਹੀਆਂ ਨੇ, ਫੜ ਰਹੀਆਂ ਜੀ, ਕਰ ਰਹੀਆਂ, ਵੇਟ ਕਰੋ ਜੀ ਤੁਸੀਂ। ਲੇਕਿਨ ਹੁੰਦਾ ਹੁੰਦਾ ਕੁਛ ਨੀ,
ਇਸ ਕਰਕੇ ਜਿਹੜਾ ਹੁਣ ਬੱਚੀ ਦੇ ਮਿਲਣ ਦੀ ਆਸ ਵੱਜਦੀ ਆ ਜਾਂ ਨਹੀਂ ਵੱਜਦੀ, ਲੇਕਿਨ ਏਡੀ ਜਿਹੜਾ ਹੈਗਾ ਸੀ ਉੱਥੇ ਏਡੀ ਸੀ ਪੀ ਅਤੇ ਜਿਹੜਾ ਏ ਸੀ ਪੀ ਸੀ ਉਹ ਮੌਕੇ 'ਤੇ ਪੁੱਜੇ ਨੇ, ਉਹਨਾਂ ਸਾਰੀ ਜਾਣਕਾਰੀ ਹਾਸਲ ਕੀਤੀ ਆ ਅਤੇ ਉਹ ਕਹਿੰਦੇ ਅਸੀਂ ਸੀ ਸੀ ਟੀ ਵੀ ਕੈਮਰੇ ਚੈੱਕ ਕਰ ਰਹੇ ਹਾਂ, ਤੁਹਾਨੂੰ ਉਹਦਾ ਨੰਬਰ ਮਿਲ ਜਾਵੇ ਕਿ ਕਿਸ ਪਾਸੇ ਗਿਆ ਉਹਦੇ ਪਤਾ ਲੱਗ ਜਾਵੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੱਚੀ ਨੂੰ ਲੱਭਣ ਦੀ। ਜੀ ਪੱਟੀ ਸਾਹਿਬ, ਪਹਿਲਵਾਨ ਜਿਹੜੇ ਦਿੱਲੀ ਜੰਤਰ ਮੰਤਰ 'ਤੇ ਧਰਨੇ 'ਤੇ ਬੈਠੇ ਨੇ, ਪੁਲਿਸ ਦੀ ਕਹਿੰਦੇ ਰਾਤ 12 ਵਜੇ ਕੁੱਟਮਾਰ ਕਰਦੀ ਹੈ ਅਤੇ ਕਿਸਾਨਾਂ ਨੂੰ ਦਿੱਲੀ ਤੋਂ ਬਾਹਰ ਰੋਕ ਲੈਂਦੀ ਹੈ। ਕਿਸਾਨਾਂ ਨੇ ਹੁਣ ਭਲਕੇ ਰੇਲਾਂ ਰੋਕਣ ਦਾ ਐਲਾਨ ਕੀਤਾ, ਕਿੱਧਰ ਨੂੰ ਜਾ ਰਹੀ ਹੈ ਇਹ ਖਬਰ ਜੀ, ਅਤੇ ਇਸ ਖਬਰ 'ਤੇ ਹੋਰ ਕੀ ਜਾਣਕਾਰੀ ਹੈ ਤੁਹਾਡੇ ਕੋਲ ਬੱਟੀ ਸਾਹਿਬ? ਜਿਹੜੇ ਸਾਡੇ ਪੰਜਾਬ ਦੇ ਕਿਸਾਨ ਆ ਜੀ, ਉਹਨਾਂ ਪਹਿਲਾਂ ਇਹ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਜਿਹੜਾ ਵਾ 4 ਤਰੀਕ ਨੂੰ ਉਹਨਾਂ ਦੇ ਧਰਨੇ ਸ਼ਾਮਿਲ ਹੋਵਾਂਗੇ ਜਾ ਕੇ ਜੀ, ਲੇਕਿਨ ਉਹਨਾਂ ਦੇ ਧਰਨੇ ਸ਼ਾਮਿਲ ਹੋਣ ਤੋਂ ਪਹਿਲਾਂ ਜਿਹੜੀ ਰਾਤ ਘਟਨਾ ਵਾਪਰ ਜਾਂਦੀ ਹੈ ਉੱਥੇ ਬਕਾਇਦਾ ਤੌਰ 'ਤੇ ਇੱਕ ਬੀਜੇਪੀ ਦਾ ਆਮ ਆਦਮੀ ਪਾਰਟੀ ਦਾ ਆਗੂ ਉਹਨਾਂ ਵਾਸਤੇ ਫੋਲਡਿੰਗ ਬੰਡੇ ਲੈ ਕੇ ਆਉਂਦਾ ਉਹਨਾਂ ਦੀ ਮੰਗ ਦੇ ਉੱਤੇ ਜੀ। ਉਹ ਕਹਿੰਦੇ ਵੀ ਸਾਡੇ ਜਿਹੜੇ ਆ ਹੈਗੇ ਆ ਮਤਲਬ ਦੇ ਆ ਕੱਪੜੇ ਗੱਦੇ ਆ ਉਹ ਭਿੱਜ ਚੁੱਕੇ ਨੇ, ਵਿੱਚ ਚੁੱਕੇ ਮੀਂਹ ਚ ਭਿੱਜ ਚੁੱਕੇ ਆ ਅਤੇ ਸਾਡੇ ਕੋਲ ਰਸਤਾ ਕੋਈ ਨਹੀਂ ਰਹਿ ਗਿਆ ਕਿ ਅਸੀਂ ਇਹਨਾਂ ਨੂੰ ਜਿਹੜੇ ਲੈ ਕੇ ਕੋਈ ਨਾ ਕੋਈ ਬੈੱਡ ਲੈ ਕੇ ਲੰਮੇ ਪੈ ਸਕੇ ਅਸੀਂ ਜੀ। ਉਹ ਜਦੋਂ ਬੈੱਡ ਲੈ ਕੇ ਜਾਂਦੇ ਆ ਤੇ ਉੱਥੇ ਪੁਲਿਸ ਰੋਕਦੀ ਉਹਨਾਂ ਨੂੰ, ਉਹ ਕਹਿੰਦੇ ਦੱਸੋ ਵੀ ਸਾਨੂੰ ਰੋਕਦੇ ਕਾਹਦੇ ਵਾਸਤੇ, ਤੁਸੀਂ ਬੈੱਡ ਲੈ ਕੇ ਚੱਲੇ ਆ, ਸੌਣਾ ਨਹੀਂ ਬੱਚਿਆਂ ਨੇ, ਇੱਕ ਮਾੜਾ ਕੰਮ ਕਰਨ ਲੱਗੇ ਕੋਈ? ਲੇਕਿਨ ਜਿਹੜੀ ਸਾਡੀ ਉੱਥੋਂ ਦੀ ਪੁਲਿਸ ਹੁੰਦੀ ਆ ਉਹ ਰੁਕ ਜਾਂਦੀ ਹੈ ਜੀ, ਉਹ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਹੁੰਦਾ ਉਹਨੂੰ ਤੇ ਕਰ ਲੈਂਦੀ ਗ੍ਰਿਫਤਾਰ ਉਹ ਚੱਲ ਵੀ ਇੱਧਰ ਤੋਂ ਜੀ। ਫਿਰ ਇਹਨਾਂ ਨਾਲ ਜਿਹੜੀ ਬਕਾਇਦਾ ਤੌਰ 'ਤੇ ਪਲੇਅਰ ਆ ਪਲੇਅਰਾਂ ਨਾਲ ਇਹ ਹੱਥੋਂ ਪਾਈ ਹੁੰਦੇ ਨੇ, ਉਹ ਹੱਥੋਂ ਪਾਈ ਹੋਣ ਦੇ ਵਿੱਚ ਜਿਹੜੀਆਂ ਕੁਛ ਬੇਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਸੱਟ ਲੱਗਦੀ ਹੈ, ਦੋ ਇੱਕ ਬੰਦੇ ਸਿਰ ਪੜ ਜਾਂਦਾ ਉਹ ਨਿੰਮੀ ਜਿੱਥੇ ਹੋਸਪਿਟਲ ਜਾਣਾ ਪੈਂਦਾ ਵਾ, ਔਰ ਇੱਕ ਵੀ ਜਿਹੜੀ ਸੀ ਕਾਫ਼ੀ ਮੰਦੀ ਹਾਲ ਸੀ, ਉਹ ਖਲੋ ਵੀ ਨਹੀਂ ਸਕਦਾ ਸੀ, ਉਹਨੂੰ ਚੱਕਰ ਆਉਂਦੇ ਸੀ ਕਿ ਉਹਦੇ ਵਜ੍ਹਾ ਕੀ ਨਹੀਂ ਪਤਾ ਕੋਈ ਜੀ। ਹੁਣ ਉਹ ਕਹਿੰਦੀਆਂ ਬੱਚੀਆਂ ਵੀ ਸਾਨੂੰ ਆਪਣੀ ਜਿਹੜੀ ਆ ਉਹ ਗੱਲ ਕਰਨ ਦਾ ਵੀ ਅਧਿਕਾਰ ਨਹੀਂ, ਜੇ ਅਸੀਂ ਧਰਨੇ ਤੇ ਬੈਠੇ ਇੱਥੇ ਅਸੀਂ ਵਿਗਾੜਦੇ ਕਿਸੇ ਦਾ ਕੀ, ਅਸੀਂ ਤੇ ਇਨਸਾਫ਼ ਦੀ ਮੰਗ ਕਰ ਰਹੇ ਹਾਂ ਜੀ। ਜਿਹੜੇ ਖੇਡ ਮੰਤਰੀ ਅਨੁਰਾਗ ਠਾਕੁਰ ਕਹਿੰਦੇ ਜੀ ਐਫ ਆਈ ਦਰਜ ਹੋ ਗਈ ਤੇ ਫਿਰ ਕੀ ਆ, ਇੱਥੇ ਇਨਵੈਸਟੀਗੇਸ਼ਨ ਹੋਏਗੀ ਫਿਰ ਗੱਲ ਕਰਾਂਗੇ ਅਸੀਂ ਜੀ, ਪੋਕਸੋ ਐਕਟ ਦੇ ਤਹਿਤ ਇਨਵੈਸਟੀਗੇਸ਼ਨ ਬਾਅਦ ਚ ਹੁੰਦੀ ਰਹੂਗੀ, ਪਹਿਲਾਂ ਬਕਾਇਦਾ ਤੌਰ ਤੇ ਗ੍ਰਿਫਤਾਰੀ ਹੁੰਦੀ ਹੈ ਜੀ, ਕਿਉਂਕਿ ਉਹ ਬੱਚੀ ਦੀ ਉਮਰ 17 ਸਾਲ ਆ। ਅਫਸੋਸ ਦੀ ਗੱਲ ਕੀ ਆ ਬਰਾੜ ਸਾਹਿਬ, ਇਹਨਾਂ ਜਿਹੜਾ ਮੋਦੀ ਮੀਡੀਆ ਨਾ ਗੋਦੀ ਮੀਡੀਆ ਜੀ, ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਵਿੰਗ ਆ, ਉਹ ਕਰਦਾ ਕੀ ਆ ਜੀ, ਉਹ ਕਹਿੰਦੇ ਜੀ ਜਦੋਂ ਯਾਤਰਾ ਕੱਢੀ ਸੀ ਰਾਹੁਲ ਗਾਂਧੀ ਨੇ ਇਹ 4 ਬੱਚੀਆਂ ਨੂੰ 4 ਔਰਤਾਂ ਨੂੰ ਜੱਫੀਆਂ ਨੇ ਪਾਈ ਸੀਗੀ ਜੀ, ਉਹ ਫੋਟੋ ਵਿਖਾਉਂਦੇ ਆ, ਉਹ 4 ਫੋਟੋ ਤੁਸੀਂ ਵੇਖੋ, ਉਹ ਬਜ਼ੁਰਗ ਔਰਤਾਂ ਨੇ ਉਹਨੂੰ ਜੱਫੀ ਪਾ ਕੇ, 2 ਰੋ ਰਹੀਆਂ ਨੇ ਆਪਣੀ ਮੁਸ਼ਕਲਾਂ ਲੈ ਕੇ, ਉਹ ਜੱਫੀ ਉਹਨੇ ਨਹੀਂ ਪਾਈ ਉਹਨਾਂ ਨੂੰ ਰਾਹੁਲ ਗਾਂਧੀ, ਰਾਹੁਲ ਗਾਂਧੀ ਨੂੰ ਹੌਸਲਾ ਦੇ ਰਿਹਾ ਵੀ ਕੋਈ ਨੀ ਮਾਤਾ ਜੀ ਤੁਹਾਡਾ ਕਰਾਂਗੇ ਮਸਲਾ ਹੱਲ, ਕੋਈ ਗੱਲ ਨੀ ਚਿੰਤਾ ਨਾ ਕਰੋ, ਤੁਸੀਂ ਰੋ ਨਾ। ਤੁਸੀਂ ਇੱਕ ਬੱਚੀ ਆਉਂਦੀ ਆ 10 ਸਾਲ ਦੀ, ਉਹ ਰਾਹੁਲ ਗਾਂਧੀ ਜੱਫੀ ਪਾ ਲੈਂਦੀ ਤੇ ਰਾਹੁਲ ਗਾਂਧੀ ਸਿਰ ਪਲੋਸਦਾ ਉਹਦਾ, ਹੋਰ ਕੁਛ ਨੀ ਕਰਦਾ ਉਹਦਾ। ਆਹ ਜਿਹੜੀ ਬੱਚੀ ਨੇ ਬਕਾਇਦਾ ਤੌਰ ਤੇ ਇੱਕ ਸ਼ਿਕਾਇਤ ਦਰਜ ਕਰਾਈ ਤੇ ਮੈਨੂੰ ਜੱਫੀ ਪਾਈ, ਤੇ ਉਹ ਜਿਹੜਾ ਬ੍ਰਿਜ ਪੂਜਨ ਸਰਨ ਸਿੰਘ ਖੁਦ ਮੰਨਦਾ ਵਾ ਇਸ ਗੱਲ ਨੂੰ ਜੀ, ਆਪ ਉਹਨੀ ਗੱਲ ਕਹੀ ਵੀ ਉਹ ਬੱਚੀ ਨੂੰ ਵਾਕਿਆ ਮੈਂ ਜੱਫੀ ਪਾਈ, ਉਹਦੇ ਫਾਦਰ ਦਾ ਫੋਨ ਆਇਆ ਸੀ, ਮੈਂ ਉਹਦੀ ਗੱਲ ਕਰਾਈ ਤੇ ਮੁੜ ਕੇ ਉਹਨੇ ਮੈਂ ਜੱਫੀ ਪਾਈ ਆਪਣੀ ਧੀ ਸਮਝ ਕੇ ਜੀ। ਲੇਕਿਨ ਉਹ ਕਹਿੰਦੀ ਧੀ ਸਮਝ ਕੇ ਨੀ ਬਣ ਗਏ, ਨੇ ਸ਼ੀ ਸਮਝ ਕੇ ਮੈਨੂੰ ਸਿਵਾਈ ਸੀਗੀ ਜੀ। ਉਹਦੀ ਸ਼ਿਕਾਇਤ ਦਿੰਦੇ ਨੇ ਪੁਲਿਸ ਨੂੰ, ਖੇਡ ਮੰਤਰੀ ਦਿੰਦੇ ਆ, ਜਨਵਰੀ ਚ ਕੋਈ ਕਾਰਵਾਈ ਨੀ ਹੁੰਦੀ ਤੇ ਹੁਣ ਹਾਈ ਸੁਪਰੀਮ ਕੋਰਟ ਦੇ ਰਹੀ ਪਰਚਾ ਦਰਜ ਹੁੰਦਾ ਤੇ ਸੁਪਰੀਮ ਕੋਰਟ ਤਰੀਕ ਸੀ, ਸੁਪਰੀਮ ਕੋਰਟ ਨੇ ਕਿਹਾ ਤਾਂ ਪਲੇਅਰਾਂ ਨੂੰ ਤੁਸੀਂ ਥੱਲੇ ਵਾਲੀ ਅਦਾਲਤ ਜਾ ਕੇ ਗੱਲ ਕਰੋ ਜੀ, ਅਗਲੀ ਕਾਰਵਾਈ ਥੱਲੇ ਵਾਲੀ ਅਦਾਲਤ ਨੂੰ ਕਰਾਓ ਜਾ ਕੇ ਤੁਸੀਂ। ਇਸ ਕਰਕੇ ਜੇ ਰਾਤੀ ਉੱਥੇ 2-3 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਗੱਦੇ ਭਿੱਜ ਕੇ, ਉਹਨਾਂ ਵਾਸਤੇ ਸੌਣ ਦੀ ਜਗ੍ਹਾ ਕੋਈ ਨਹੀਂ ਹੈਗੀ, ਜੇ ਉੱਥੇ ਬੈੱਡ 4 ਫੋਲਡਿੰਗ ਬੈੱਡ ਲੈ ਗਏ ਸੀ ਕੀ ਉੱਥੇ ਚੱਲਿਆ ਸੀਗਾ? ਲੇਕਿਨ ਉੱਥੋਂ ਦੀ ਪੁਲਿਸ ਹੁਣ ਇਹਨਾਂ ਦੋਸ਼ੀ ਕੁੜੀਆਂ ਦਾ ਦੋਸ਼ ਹੈ ਵੀ ਇਹ ਸ਼ਰਾਬ ਪੀਤੀ ਸੀ ਇਹਨਾਂ ਵਿੱਚੋਂ ਕਈਆਂ ਨੇ ਜੀ, ਸਾਡੇ ਨਾਲ ਬਿਨਾਂ ਲੇਡੀ ਪੁਲਿਸ ਧੱਕਾ ਮੁੱਕੀ ਕੀਤੀ ਗਈ ਆ, ਸਾਡੇ ਨਾਲ ਜਿਆਸੀ ਕੀਤੀ ਗਈ ਆ। ਫਿਰ ਤੁਸੀਂ ਤੁਹਾਨੂੰ ਪਤਾ ਹੋਏਗਾ ਕੱਲ ਬਕਾਇਦਾ ਤੌਰ ਤੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਜਦੋਂ ਉਹਨਾਂ ਦੇ ਹੱਕ 'ਚ ਗਏ, ਉਹਨਾਂ ਨੇ ਲੱਖ ਜਾਰੀ ਕੀਤਾ, ਤੂੰ ਕਿ ਤੁਸੀਂ ਕੀ 90 ਵਿਦਿਆਰਥੀ ਜਿਹੜੇ ਸੀ ਹਵਾਲਾ 'ਚ ਬੰਦ ਕਰਦੇ ਸੀ ਇਹਨਾਂ ਨੇ, ਕੁੜੀਆਂ ਦੇ ਕੱਪੜੇ ਪਾੜਦੇ ਸੀ ਉੱਥੇ ਇਹਨਾਂ ਨੇ,
किसान संघर्ष कमेटी ने पहला अनाउंस किया भी 4 तरीक नी जंतर मंत्र रोड से जाके प्लेयर की इन्होंने पहलवान की हिमायत करा जी। अज इन्हों जो ये एंटर कर लगे दिल्ली दिल्ली बॉर्डर से रोक लिया गया उन्हों गिरफ्तार किया बिठाया वे पहले पंजाब के नहीं जी हरियाणे दसान जथेबंदियां भी शामिल ने जी गई ने उन्होंने नाल जाने तो बाद हूँ इन्हों रोकया वा तो उन्होंने नाल प्रेस जारी करता उतों की जे साडे बंदे इमीजिएटली ना छड़े तो कल तो असी ट्रेना रोकेंगे सारिया इतने जी। जे कल तो ट्रेना रोक दे तो खजल खुआर कौन होगा लोग बिल्कुल जी तो सरकार कोई गल नहीं कर दी सरकार कोई करने कुछ तैयार नहीं गए प्लेयर का कसूर की दसो पहला भाई वह बंदे बिठाया जो विवाद है तो ना बिठाओ तुम उत्ते 40-50 संस्थावां चल दियां वेखो सब तो वड्डी गल की है वह महापुरुख आप जिहड़ा वा वह फेडरेशन का प्रधान आ ते जिहड़ा उहदा बेटा वा वह वाइस प्रधान आ जी ते जिहड़ा उहदा जवाई आ वह बिहार फेडरेशन का प्रधान आ जी ते जिहड़ा छोटा मुंडा वा वह बकायदा तौर पर यूपी दे विच MLA आ। दसो एक पासे तुसी कहिंदे हो कि जिहड़ियां BJP दे विच जिहड़ी परिवारवाद नहीं इहदा जिहड़ा पुत्तर आ करण भूषण सिंह आ वाइस प्रधान जिहड़ा जी जिहड़ा इहदा विशाल सिंह आ इहदा बिहार कुश्ती संघ दा प्रधान आ जिहड़ा विशाल सिंह दा जवाई है प्रतीक भूषण सिंह जिहड़ा इहदा छोटा पुत्तर वह बकायदा तौर पर भाजपा का विधायक है उत्थों जी यूपी चो इस करके उन्हां विचारे ने जिहड़ी उह ज्यादती हो रही आ उन्होंने रात ही यह कहा कि किसानों को भी तुम वही गिनती जाओ फिर गल लगता कि किसान के मोर्चे में एक मोर्चा होर लगेगा जे कि सरकार ने इमीजिएटली कोई कार्रवाई ना की गई जी। पट्टी साहब रेडियो पंजाब टूडे की समुची टीम वालों अज के चर्चित खबर से टीका टिप्पणी लिए बहुत बहुत धन्यवाद जी। शुक्रिया जी शुक्रिया। ये सन जसबीर सिंह जी पट्टी सीनियर पत्रकार तो प्रोग्राम शमादान दे विच वेला हो रहा ब्रेक का ब्रेक तो बाद साडे नाल होणगे सीनियर पत्रकार बखतौर सिंह जी ढिल्लों। जी व्याली कपड़िया नी ते शॉपिंग होगी लाजवाब पर ज्वेलरी कितो लेनी है फिकर ना करो जिथे लोग सूट देखदे रह जानगे उथे गहने दे डिजाइन दी भी तारीफ कीते बिना रहनगे नहीं क्योंकि AC ज्वेलर्स कैंट वालेयां दे कोल है 22 कैरेट दे सोने दे गहने औरतां मर्दां बच्चियां दे वन सवन्ने गहनिया दी बेशुमार ते लेटेस्ट वैरायटी इन्हां दे शोरूम च सोने चांदी हीरियां दे गहने भरे रहंदे ने जिथे है कुंदन सेट जड़ाऊ सेट पोलकी सेट हीरे जड़े सेट लाइट वेट नेकलेस चेन कड़े चूड़िया नगा वालिया सोनिया सोनिया मुंदरिया चुमके वालिया ते होर बथेरा कुछ। AC ज्वेलर शटल विच हर हफ्ते नवी शिपमेंट आउंदी है तुहाडे पसंद दे तुहाडे साइज मुताबिक गहने 2 हफ्तियां विच तैयार करवा के दिंदे हन ते रिपेयर भी करदे हन 24 कैरेट सोने दे बिस्कुट खरीद अते वेच सकदे हो। 100% प्योर गारंटी वाले गहने लैण लई पहुंचो 25416 104th एवेन्यू साउथ ईस्ट कैंट। ओए मेरे वीर मैनू बस एक गल दस दे भी आ जेड़ी तू ट्रैवलिंग करदा ते ओदे तो बाद फ्रेश रहना एदा राज की है एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते जिथे तुहानू फ्री कॉफी फ्री फैक्स सर्विस फ्री ट्रक पार्किंग रोटी ठेका लॉन्ड्री शावर ते ट्रकां दा होर भी सामान आसानी नाल मिलेगा। हुणे कॉल करो 360-652-6066 यानी 360-652-6066 ए दो लोकेशनां तो सेवावां प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स फोन नंबर 661-797-2354। विदेशां च वसण वाले पंजाबियों के लिए सुनहरी मौका लेके आई है पंजाब की बहुत ही वड्डी रियल अस्टेट कंपनी DH रियल अस्टेट। बहुत ही नामवर कंपनी तुहानू मौका प्रदान करती है कि बिना पंजाब गए तुसी हुण अपनी जमीन वेच सकोगे जां फिर अपनी पसंदीदी जमीन खरीद सकोगे। किसी भी तरह की कोठी फ्लैट प्लाट जां फिर कमर्शियल जां एग्रीकल्चर लैंड लैनी होवे तां DH रियल अस्टेट नाल संपर्क करो। तुहानू पंजाब जाण दी लोड़ नहीं सौदा बैठे बिठाए इत्थे ही करा के ते इत्थे ही पैसे पहुंचदे कर दिंदे ने। नंबर है DH रियल अस्टेट दा 9875-07-58 प्लस 91 इंडिया का कोड लाना व्हाट्सएप से या फिर डायरेक्ट कॉल कर लेनी है 9875-07-58 DH रियल एस्टेट। इन्हों का स्लोगन है पंजाब विच बेफिक्रे होके हुण खरीदो जमीन प्लाट कोठी या फिर फ्लैट।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care Quick Truck